ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ, ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਰੀ ਗੇੜ ਵਿੱਚ ਪੰਜਾਬ 'ਚ ਰੈਲੀਆਂ ਕਰਕੇ ਗਏ ਅਤੇ ਰੈਲੀਆਂ ਵਿੱਚ ਉਹਨਾਂ ਨੇ ਜਿਹੜੀ ਭਾਵਨਾਤਮਕ ਤੌਰ 'ਤੇ ਇੱਥੇ ਸੰਬੋਧਨ ਕੀਤਾ, ਉਸ 'ਤੇ ਬਹੁਤ ਸਾਰੇ ਸਵਾਲ ਉੱਠੇ। ਜਿਵੇਂ ਹੀ ਪ੍ਰਧਾਨ ਮੰਤਰੀ ਇੱਥੋਂ ਰੈਲੀਆਂ ਕਰਕੇ ਗਏ ਤਾਂ ਇੱਕ ਸਵਾਲ ਲੋਕਾਂ ਦੀ ਕਚਹਿਰੀ ਵਿੱਚ ਸਿਆਸੀ ਮੁੱਦਾ ਬਣ ਗਿਆ ਅਤੇ ਸਿਆਸਤ ਨੇ ਇਸ ਨੂੰ ਮੁੱਦਾ ਬਣਾ ਲਿਆ, ਉਹ ਹੈ ਕੰਨਿਆ ਕੁਮਾਰੀ ਵਿੱਚ ਧਿਆਨ ਦਾ। ਇੱਥੋਂ ਦੀਆਂ ਰੈਲੀਆਂ ਅਤੇ ਕੰਨਿਆ ਕੁਮਾਰੀ ਦੇ ਧਿਆਨ ਤੱਕ ਪ੍ਰਧਾਨ ਮੰਤਰੀ 'ਤੇ ਬਹੁਤ ਸਾਰੇ ਸਵਾਲ ਉੱਠਦੇ ਪਏ ਆ, ਪੋਲਿਟਿਕਸ ਤਪੀ ਹੋਈ ਹੈ। ਅਤੇ ਜਦਕਿ ਸਵਾਲ ਇਹ ਉੱਠਣੇ ਚਾਹੀਦੇ ਆ ਕਿ ਮੁੱਦੇ ਕਿਹੜੇ ਆ ਜਿਹੜੇ ਡਿਸਕਸ ਕੀਤੇ ਗਏ ਆ, ਮੁੱਦੇ ਕਿਹੜੇ ਨਹੀਂ ਡਿਸਕਸ ਕੀਤੇ ਗਏ, ਵਿਰੋਧੀਆਂ ਨੇ ਇਸ ਨੂੰ ਮੁੱਦਾ ਕਿਉਂ ਬਣਾ ਲਿਆ, ਵਿਰੋਧੀ ਚਾਹੁੰਦੇ ਕੀ ਆ, ਵਿਰੋਧੀਆਂ ਦੀ ਪੋਲਿਟਿਕਸ ਕੀ ਹੈ, ਪ੍ਰਧਾਨ ਮੰਤਰੀ ਦੇ ਧਿਆਨ 'ਤੇ ਸਾਰਾ ਧਿਆਨ ਕਿਉਂ ਦਿਵਾਉਣ ਦੀ ਕੋਸ਼ਿਸ਼ ਹੈ, ਇਹ ਸਾਰੇ ਸਵਾਲ ਹੋਣੇ ਲਾਜ਼ਮੀ ਹੈ। ਇਸ ਲਈ ਅਸੀਂ ਪੁੱਛਦੇ ਹਾਂ ਧਿਆਨ 'ਤੇ ਕਿਉਂ ਕਮਸਾ। ਸਿੱਧਾ ਸਵਾਲ ਤੋਂ ਸ਼ੁਰੂ ਕਰਾਂਗੇ, ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੰਜਾਬ 'ਚ ਬਿਆਨ ਤੋਂ ਕੰਨਿਆਕੁਮਾਰੀ ਦੇ ਧਿਆਨ ਤੱਕ ਪ੍ਰਧਾਨ ਮੰਤਰੀ 'ਤੇ ਪੋਲਿਟਿਕਸ ਕਿਉਂ ਤੱਕ। ਇਸੇ ਸਵਾਲ 'ਤੇ ਬਹਿਸ ਹੋਈ, ਜਿਹੜਾ ਪੈਨਲ ਸਾਡੇ ਨਾਲ ਤਾਰਫ ਕਰਾਂ ਅਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਐਡਵੋਕੇਟ ਲੋਕੇਸ਼ ਨਾਰੰਗ, ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਮਿਸਟਰ ਨਾਰੰਗ, ਤੁਹਾਡਾ ਬਹੁਤ ਸਵਾਗਤ ਹੈ। ਐਡਵੋਕੇਟ ਅਰਸ਼ਪ੍ਰੀਤ ਸਿੰਘ ਖੜਿਆਲ, ਪੰਜਾਬ ਕਾਂਗਰਸ ਦੇ ਚੀਫ ਸਪੋਕਸਪਰਸਨ ਨੇ। ਮਿਸਟਰ ਖੜਿਆਲ, ਤੁਹਾਡਾ ਬਹੁਤ ਸਵਾਗਤ ਹੈ। ਮੇਜਰ RPS ਮਲਹੋਤਰਾ, ਆਮ ਆਦਮੀ ਪਾਰਟੀ ਸਪੋਕਸਪਰਸਨ ਹੈ। ਮਿਸਟਰ ਮਲਹੋਤਰਾ, ਤੁਹਾਡਾ ਬਹੁਤ ਸਵਾਗਤ ਹੈ। ਸ਼ਿਵਿੰਦਰ ਕੌਰ ਸੰਧੂ, ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਨੇ। ਸ਼ਿਵਿੰਦਰ ਕੌਰ ਸੰਧੂ, ਤੁਹਾਡਾ ਬਹੁਤ ਸਵਾਗਤ ਹੈ। ਨਾਰਾ ਸਾਹਿਬ, ਪ੍ਰਧਾਨ ਮੰਤਰੀ ਹਰਾਂ ਨੇ ਜੋ ਪੰਜਾਬ 'ਚ ਬਿਆਨ ਦਿੱਤੇ ਆ, ਪੰਜਾਬ 'ਚ ਉਹਨਾਂ ਨੇ ਗੁਰੂ ਰਵਿਦਾਸ ਜੀ ਦਾ ਜ਼ਿਕਰ ਕੀਤਾ, ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ, ਪੰਜ ਪਿਆਰਿਆਂ ਦਾ ਜ਼ਿਕਰ ਕੀਤਾ, ਇਹ ਜ਼ਿਕਰ ਕਰਦੇ ਕਰਦੇ ਹੀ ਭਾਵਨਾਤਮਕ ਤੌਰ 'ਤੇ ਪੰਜਾਬ ਨਾਲ ਆਪਣਾ ਰਿਸ਼ਤਾ ਜੋੜਦੇ ਜੋੜਦੇ ਉਹ ਕੰਨਿਆਕੁਮਾਰੀ ਦੇ ਧਿਆਨ ਦਾ ਜੋ ਜ਼ਿਕਰ ਹੁੰਦਾ, ਅਤੇ ਉਦੋਂ ਨਾਰਾਇਣ ਸਾਹਿਬ ਸਾਰੀ ਪੋਲੀਟਿਕਸ ਪ੍ਰਧਾਨ ਮੰਤਰੀ ਵੱਲ ਕੇਂਦਰਿਤ ਹੋ ਰਹੀ ਹੈ, ਇਹਦੀ ਵਜ੍ਹਾ ਕੀ ਹੈ ਸਰ? ਨਾਰਾਇਣ ਸਾਹਿਬ, ਦੇਖੋ KP ਜੀ, ਇਸ ਤਰ੍ਹਾਂ ਹੈ ਕਿ ਪ੍ਰਧਾਨ ਮੰਤਰੀ ਜੀ ਗੁਜਰਾਤ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਪੰਜਾਬ ਔਰ ਚੰਡੀਗੜ੍ਹ ਦੇ ਕਾਫੀ ਦੇਰ ਪ੍ਰਭਾਰੀ ਰਹੇ ਨੇ। ਜਦੋਂ ਪਾਰਟੀ ਦੇ ਵਿੱਚ ਉਹ ਜਨਰਲ ਸੈਕਟਰੀ ਹੁੰਦੇ ਸੀ, ਅਸੀਂ ਵੀ ਉਹਨਾਂ ਦੇ ਨਾਲ ਕੰਮ ਕੀਤਾ ਹੋਇਆ, ਉਹ ਸਾਡੇ ਵਿੱਚ ਵਿਚਰਦੇ ਸੀਗੇ, ਤਾਂ ਪੰਜਾਬ ਦੇ ਨਾਲ ਜਿਹੜਾ ਉਹਨਾਂ ਦਾ ਜੁੜਾਅ ਆ ਉਹ ਕਾਫੀ ਪੁਰਾਣਾ ਔਰ ਇਮੋਸ਼ਨਲ ਭਾਵਨਾਤਮਕ ਜੁੜਾਅ ਜਿਹਨੂੰ ਆਪਾਂ ਕਹਿ ਸਕਦੇ ਹੋ ਹੈ। ਅਤੇ ਜਦੋਂ ਕੋਈ ਬੰਦਾ ਆਪਣੇ ਘਰ ਦੇ ਵਿੱਚ ਆਉਂਦਾ ਹੈ ਤਾਂ ਪੁਰਾਣੀਆਂ ਯਾਦਾਂ, ਤੁਹਾਡਾ ਸੂਬੇ ਨਾਲ ਪਿਆਰ, ਸਿੱਖਾਂ ਦੇ ਪ੍ਰਤੀ ਜੋ ਉਹਨਾਂ ਦਾ ਉਹਨਾਂ ਦੇ ਧਰਮ ਦੇ ਨਾਲ ਜੋ ਉਹਨਾਂ ਦੀ ਆਸਥਾ ਹੈ, ਉਹ ਸਾਰਾ ਆਪਾਂ ਨੂੰ ਕੱਲ੍ਹ ਹੁਸ਼ਿਆਰਪੁਰ ਦੀ ਰੈਲੀ ਦੇ ਵਿੱਚ ਦੇਖਣ ਨੂੰ ਮਿਲਿਆ। ਉਹਨਾਂ ਨੇ ਇਹ ਵੀ ਕਿਹਾ ਕਿ ਜਿੱਤਣ ਤੋਂ ਬਾਅਦ ਜਿਹੜਾ ਆਦਮਪੁਰ ਦਾ ਏਅਰਪੋਰਟ ਆ ਉਹਨੂੰ ਭਗਵਾਨ ਰਵਿਦਾਸ ਮਹਾਰਾਜ ਦੇ ਨਾਮ 'ਤੇ ਆਪਾਂ ਉਹਨੂੰ ਸਮਰਪਿਤ ਕਰਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਨਵੇਂ ਚੋਰ ਔਰ ਪੁਰਾਣੇ ਚੋਰ ਬਾਰੇ ਵੀ ਕੁਛ ਦੱਸਿਆ ਵੀ ਕਿਵੇਂ ਨਵੇਂ ਤਰ੍ਹਾਂ ਦੇ ਲੋਕ ਆ ਗਏ ਨੇ। ਤਾਂ ਇਹ ਸਾਰਾ ਇੱਕ ਚੋਣ ਪ੍ਰਚਾਰ ਦਾ ਹਿੱਸਾ ਸੀਗਾ। ਦੇਖੋ, ਜਦੋਂ ਆਪਾਂ ਚੋਣਾਂ ਦੇ ਵਿੱਚ ਜਾਂਦੇ ਹਾਂ KP ਜੀ, ਤਾਂ ਆਪਣਾ 10 ਸਾਲ ਦਾ ਜਿਹੜਾ ਰੋਡ ਮੈਪ ਆ ਉਹ, ਜੋ ਅਸੀਂ ਕੰਮ ਕੀਤਾ ਉਹ, ਔਰ ਜੋ ਵਿਰੋਧੀਆਂ ਦੀ ਕਮੀਆਂ ਉਹ ਉਜਾਗਰ ਕਰਨਾ ਸਾਡਾ ਜਨਤਾ ਨੂੰ ਇੱਕ ਜ਼ਿੰਮੇਵਾਰ ਪਾਰਟੀ ਦੇ ਪ੍ਰਧਾਨ ਦਾ ਔਰ ਪ੍ਰਧਾਨ ਸੇਵਕ ਦਾ ਫਰਜ਼ ਆ। ਉਹੀ ਕੰਮ ਮੋਦੀ ਜੀ ਨੇ ਕੀਤਾ। ਹੁਣ ਉਸ ਤੋਂ ਬਾਅਦ ਜਦੋਂ ਚੋਣ ਪ੍ਰਚਾਰ ਖਤਮ ਹੋ ਗਿਆ, ਉਹ ਆਪਣੀ ਇੱਕ ਵਿਅਕਤੀਗਤ ਯਾਤਰਾ 'ਤੇ ਨੇ, ਉੱਥੇ ਮੈਡੀਟੇਸ਼ਨ ਕਰ ਰਹੇ ਨੇ, ਅਤੇ ਉਹਦੇ 'ਚ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਦੇ 'ਤੇ ਚਰਚਾ ਕਿਉਂ ਕਰਨੀ ਆ। ਉਹ ਕਿਸੇ ਮੰਗਰ ਇਹ ਤਾਂ ਨਹੀਂ ਰੋ ਰਹੇ ਨਾ ਜੀ ਕਿ ਮੇਰੇ ਬਜ਼ੁਰਗ ਮਾਂ ਬਾਪ ਦਾ ਧਿਆਨ ਰੱਖਣਾ, ਮੈਂ ਜੇਲ੍ਹ 'ਚ ਜਾ ਰਿਹਾ ਵਾ, ਕੋਈ ਵਿਕਟਿਮ ਕਾਰਡ ਨਹੀਂ ਖੇਡ ਰਹੇ। ਦੇਖੋ, ਇੱਕ ਐਸੇ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਦੇਖੋ ਜੀ, ਸਾਡੇ ਨਾਲ ਹੁਣ ਆਹ ਹੋ ਜਾਣਾ, ਮੇਰਾ ਥੋੜ੍ਹਾ ਜਿਹਾ ਧਿਆਨ ਰੱਖਿਓ, ਮੇਰੇ ਮਾਂ ਬਾਪ ਦਾ ਧਿਆਨ ਰੱਖਿਓ, ਸਵਾਰਥੀ ਤਰ੍ਹਾਂ ਦੇ ਲੋਕ।
ਔਰ ਇੱਕ ਐਸਾ ਜਿਹੜਾ ਕਰਮ ਯੋਗੀ ਆ ਆਪਣਾ ਕਰਮ ਕਰਨ ਤੋਂ ਬਾਅਦ ਆਪਣੀ ਸਾਧਨਾ ਦੇ ਵਿੱਚ ਹੈ ਅਤੇ ਉਹਦੇ 'ਤੇ ਖਾਸ ਕਰ ਉਹ ਲੋਕ ਤੰਜ ਕਸਣ ਅਤੇ ਜਿਨ੍ਹਾਂ ਨੇ ਮਤਲਬ ਅੱਜ ਤੁਸੀਂ ਇੱਕ ਬੜੀ ਵੱਡੀ ਇੱਕ ਝੂਠੀ ਪਾਰਟੀ ਹੈਗੀ ਆ ਉਹਦਾ ਤੁਸੀਂ ਸੁਣਿਆ ਹੋਣਾ ਉਹ ਕਿਵੇਂ ਇਮੋਸ਼ਨਲ ਕਾਰਡ ਖੇਡ ਰਹੇ ਨੇ ਕਿ ਮੇਰੇ ਸਾਥ ਇਹ ਹੋ ਜਾਏਗਾ ਮੇਰੇ ਸਾਥ ਉਹ ਹੋ ਜਾਏਗਾ ਅਤੇ ਜਦੋਂ ਆਪਾਂ ਇਹਨਾਂ ਦੋਨਾਂ ਨੂੰ ਕੇ ਪੀ ਜੀ ਕੰਪੇਅਰ ਕਰਦੇ ਹਾਂ ਚਲੋ ਮੈਨੂੰ ਇੱਕ ਚੀਜ਼ ਦੱਸੋ ਨਾਰਾ ਸਾਹਿਬ ਮੈਨੂੰ ਇੱਕ ਚੀਜ਼ ਦੱਸੋ ਇੱਕ ਪਾਸੇ ਜਨਤਾ ਨੇ ਵੋਟ ਕਰਨੀ ਹੈ ਕੇ ਪੀ ਜੀ ਉਹ ਜਨਤਾ ਨੇ ਕੱਲ ਨੂੰ ਦੇਖਣਾ ਉਹਨੇ ਕਿਹਨੂੰ ਆਪਣਾ ਨੇਤਾ ਚੁਣਨਾ ਕਿਹਨੂੰ ਆਪਣਾ ਫਤਵਾ ਦੇਣਾ ਖਾਸ ਕਰ ਪੰਜਾਬ ਜਿਹੜੀ ਬਾਕੀ ਸਟੇਟਾਂ ਦੇ ਵਿੱਚ ਰਹਿ ਗਈ ਆ ਜੇ ਕੋਈ ਆਪਣੀ ਅਧਿਆਤਮਿਕ ਯਾਤਰਾ ਕਰ ਰਿਹਾ ਕੋਈ ਮੈਡੀਟੇਸ਼ਨ ਕਰ ਰਿਹਾ ਕਈ ਲੋਕ ਪਹਾੜਾਂ 'ਚ ਜਾ ਕੇ ਵੀ ਕਰਕੇ ਆਉਂਦੇ ਨੇ ਠੀਕ ਇਹ ਆਪਾਂ ਦੇਖ ਰਹੇ ਹਾਂ ਕਿ ਮੋਦੀ ਸਾਹਿਬ ਕੋਈ ਪਹਿਲਾਂ ਚਲੋ ਮੈਨੂੰ ਇੱਕ ਚੀਜ਼ ਦੱਸੋ ਨਾਰਾਇਣ ਸਾਹਿਬ ਇਸ ਧਿਆਨ ਦਾ ਵੋਟ ਪੋਲਿਟਿਕਸ ਨਾਲ ਕੋਈ ਸੰਬੰਧ ਹੈ ਜਾਂ ਨਹੀਂ ਸਰ ਜੀ ਨਹੀਂ ਚਲੋ ਠੀਕ ਹੈ ਹੁਣ ਰੁਕ ਜਾਓ ਸਰ ਨਾਰਾਇਣ ਸਾਹਿਬ ਹੁਣ ਰੁਕ ਜਾਓ ਹੋਰ ਜਾਓ ਬਾਕੀ ਪੋਲੀਟੀਕਲ ਪਾਰਟੀ ਨੂੰ ਪੁੱਛ ਲਏ ਕਿਉਂ ਭੜਕੀ ਜਾਂਦੇ ਸਾਰੇ ਖੜਿਆਲ ਸਾਹਿਬ ਤੁਹਾਡੀ ਪਾਰਟੀ ਕਹੀ ਜਾਂਦੀ ਹੈ ਧਿਆਨ 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 ਤੁਸੀਂ ਧਿਆਨ ਦਿਓ ਨਾ ਦੇਸ਼ 'ਤੇ ਧਿਆਨ ਜੇ ਮੋਦੀ ਸਾਹਿਬ ਨੇ ਦਿੱਤਾ ਹੁੰਦਾ ਦੇਸ਼ 'ਤੇ ਤਾਂ ਆਹ ਧਿਆਨ ਕਰਨ ਦੀ ਲੋੜ ਪੈਂਦੀ ਨਾ ਪਹਿਲਾ ਸਵਾਲ ਤਾਂ ਇਹ ਹੈ ਕਿ ਜੇ ਇਹ ਕਹਿੰਦੇ ਵੀ ਮੈਡੀਟੇਸ਼ਨ ਸਾਡਾ ਏਜੰਡਾ ਹੈ ਫਿਰ ਇਹ ਇਲੈਕਸ਼ਨ ਦੀ ਵੋਟਿੰਗ ਤੋਂ ਪਹਿਲਾਂ ਅਤੇ ਵੋਟਿੰਗ ਤੋਂ ਬਾਅਦ ਕਿਉਂ ਨਹੀਂ ਹੋ ਸਕਦਾ ਜੀ ਮੈਡੀਟੇਸ਼ਨ ਦੂਜੀ ਗੱਲ ਹਿਸਟਰੀ ਦੇਖ ਲਓ ਪੈਟਰਨ ਚੱਕ ਕੇ ਦੇਖ ਲਓ ਪਿਛਲੀ ਦਫ਼ਾ ਵੀ 2019 ਦੇ ਲੋਕ ਸਭਾ ਇਲੈਕਸ਼ਨ ਵੇਲੇ ਮੋਦੀ ਸਾਹਿਬ ਨੇ ਮੈਡੀਟੇਸ਼ਨ ਕੀਤੀ ਸੀਗੀ ਅਤੇ ਸਾਡੀ ਪਾਰਟੀ ਦੀ ਇੱਕ ਡੈਲੀਗੇਸ਼ਨ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੂੰ ਜਾ ਕੇ ਮਿਲ ਕੇ ਆਈ ਹੈ ਕਹਿ ਕੇ ਆਈ ਹੈ ਕਿ ਇਹ ਕਲੀਅਰ ਕੱਟ ਵਾਇਲੇਸ਼ਨ ਹੈ ਕਿਉਂਕਿ ਇਹਦੇ ਨਾਲ ਤੁਸੀਂ ਵੋਟਰਸ ਦਾ ਮਨ ਉਹਨਾਂ ਦੀ ਵੋਟ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਕਿ ਲਾਸਟ ਦੇ 48 ਘੰਟੇ ਸਾਇਲੈਂਟ ਪੀਰੀਅਡ ਹੁੰਦਾ ਅਤੇ ਮੇਰਾ ਸਵਾਲ ਗੱਲ ਇਹ ਹੈ ਨਾ ਜੀ ਜਦੋਂ ਮੀਡੀਆ 'ਚ ਆ ਗਏ ਜਦੋਂ ਤੁਹਾਡੀ ਕਵਰੇਜ ਹੋ ਗਈ ਫਿਰ ਸਾਇਲੈਂਟ ਥੋੜ੍ਹੀ ਰਹਿ ਗਏ ਫਿਰ ਤਾਂ ਪੋਸਟ ਅਸੀਂ ਵੀ ਪਾ ਦਿੰਦੇ ਹਾਂ ਉਹ ਵੀ ਸਾਇਲੈਂਟ ਹੀ ਹੋਊ ਅਸੀਂ ਕਿਹੜਾ ਬੋਲਾਂਗੇ ਪੋਸਟ ਤਾਂ ਸਾਡੀ ਹੈ ਉਹ ਵੀ ਸਾਇਲੈਂਟ ਹੀ ਬੈਠੇ ਹੈ ਅਸੀਂ ਵੀ ਤਰਕ ਦੇ ਦਿੰਦੇ ਹਾਂ ਇਹ ਤਰਕ ਨਹੀਂ ਹੈ ਜੀ ਇਹ ਇਲੌਜੀਕਲ ਇਹ ਐਬਸਰਡ ਹੈ ਹੁਣ ਜਿਹੜੀ ਮੁੱਦੇ ਵਾਲੀ ਗੱਲ ਹੈ ਪਹਿਲਾਂ ਤਾਂ ਟਾਈਮਿੰਗ ਵੀ ਪਹਿਲਾਂ ਤਾਂ ਬਾਅਦ 'ਚ ਕਿਉਂ ਨਹੀਂ ਦੂਜਾ ਆ ਗਿਆ ਪੈਟਰਨ ਹਿਸਟਰੀ ਤੀਜਾ ਇਹ ਆ ਗਿਆ ਕਿ ਮੈਡੀਟੇਸ਼ਨ ਤੁਹਾਡੇ ਆਪਦੇ ਲਈ ਹੁੰਦੀ ਹੈ ਫੋਰ ਯੋਰ ਇੰਟਰਨਲ ਸੈਲਫ ਅਤੇ ਤੁਸੀਂ ਜੇ ਮੈਡੀਟੇਸ਼ਨ ਕਰਨੀ ਹੈ ਤਾਂ ਆਪਦਾ ਤੁਸੀਂ ਉੱਥੇ ਬਹਿ ਕੇ ਕਰ ਲਓ ਆਫ ਕੈਮਰਾ ਕਰ ਲਓ ਕੈਮਰੇ ਦੇ ਅੱਗੇ ਹੀ ਕਿਉਂ ਕਰਨਾ ਫਿਰ ਮੀਡੀਆ ਨੂੰ ਇਨਵਾਈਟ ਭੇਜ ਕੇ ਸਾਰੀ ਦੁਨੀਆ ਨੂੰ ਕਿਉਂ ਦਿਖਾਉਣਾ ਇਲੈਕਸ਼ਨ ਵੋਟਿੰਗ ਵਾਲੇ ਦਿਨ ਇਹ ਜਿਹੜੇ ਸਵਾਲ ਹੈ ਸਭ ਤੋਂ ਜ਼ਰੂਰੀ ਹੈ ਅਤੇ ਮੈਂ ਇਹਨਾਂ ਨੂੰ ਇਹੀ ਗੱਲ ਕਹੂੰਗਾ ਇਹ ਕਰਨ ਦੀ ਤਾਂ ਲੋੜ ਪਈ ਕਿਉਂਕਿ ਕੰਮ ਤਾਂ ਹੈ ਨਹੀਂ ਦਿਖਾਉਣ ਨੂੰ ਸੋ ਦੇਰ ਫੁਰ ਆਹ ਦਿਖਾਉਣਾ ਪੈ ਰਿਹਾ ਅਤੇ ਜੇ ਕੰਮ ਕੀਤਾ ਹੁੰਦਾ ਤਾਂ ਆਹ ਚੀਜ਼ ਕਰਨ ਦੀ ਲੋੜ ਨਹੀਂ ਪੈਣੀ ਸੀ ਇਹ ਬੌਖਲਾਹਟ ਹੈ ਕਿਉਂਕਿ ਬੀਜੇਪੀ ਦਾ ਗ੍ਰਾਫ ਸਾਊਥ 'ਚ ਹੋ ਗਿਆ ਸਾਫ਼ ਨੌਰਥ 'ਚ ਰਹਿ ਜਾਣਗੇ ਹਾਫ ਅਤੇ ਅਗਲੀ ਗੱਲ ਜ਼ਰੂਰੀ ਗੱਲ ਦੇਖੋ ਮੋਦੀ ਸਾਹਿਬ ਨੇ ਤੁਸੀਂ ਪੰਜਾਬ ਦੀ ਵੀ ਗੱਲ ਕੀਤੀ ਪਹਿਲਾਂ ਤਾਂ ਮੈਂ ਮੋਦੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਨਾਰਾਇਣ ਸਾਹਿਬ ਨੋਟ ਕਰ ਲਿਓ ਕਿ ਐਟਲੀਸਟ ਆਏ ਤਾਂ ਸਹੀ ਮੋਦੀ ਸਾਹਿਬ ਫਿਰ ਕਿਉਂ ਹੈ ਕੇ ਪੀ ਜੀ ਜੇ ਜਸਟ ਬਿਫੋਰ ਇਲੈਕਸ਼ਨ ਆਉਂਦੇ ਹੈ ਕਦੇ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ ਕਦੇ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਫਿਰ ਕੀ ਹੋ ਗਿਆ ਜੇ ਆਈ ਵਾਰੀ ਖਾਲੀ ਹੱਥੀ ਆਉਂਦੇ ਹੈ ਕਦੇ ਪੰਜਾਬ ਲਈ ਕੁਛ ਲੈ ਕੇ ਨਹੀਂ ਆਉਂਦੇ ਅਤੇ ਫਿਰ ਕੀ ਹੋ ਗਿਆ ਜੇ ਪਹਿਲਾਂ ਕਹਿ ਕੇ ਵੀ 45,000 ਕਰੋੜ ਰੁਪਏ ਦਾ ਪੈਕੇਜ ਦੇਵਾਂਗੇ ਬੀਜੇਪੀ ਮੁੱਕਰਗੀ ਫਿਰ ਕੀ ਹੋ ਗਿਆ ਜੇ ਇਹਨਾਂ ਨੇ ਪੰਜਾਬ ਦੇ ਨਾਲ ਵਿਤਕਰਾ ਕਰ ਲਿਆ ਮਤਰੇਈ ਮਾੜਾ ਸਲੂਕ ਕਰ ਲਿਆ ਸਾਨੂੰ ਪੈਸਾ ਫੰਡ ਪੈਕੇਜ ਦੇਣਾ ਤਾਂ ਦੂਰ ਦੀ ਗੱਲ ਜਿਹੜਾ ਇੰਟਰਿਮ ਬਜਟ ਲੈ ਕੇ ਆਏ ਸੀ ਉਹ 'ਚ ਇੱਕ ਜ਼ਿਕਰ ਨਹੀਂ ਪੰਜਾਬ ਦਾ ਪੰਜਾਬ ਲਈ ਕੁਛ ਨਹੀਂ ਲਾਸਟ ਪੁਆਇੰਟ ਹੁਣ ਤਾਂ ਮੇਰੇ ਇੰਨੀ ਗੱਲ ਹੈ ਜ਼ਿਕਰ ਕਰਨੀ ਚਾਹੀਦੀ ਹੈ ਨਾ ਰੈਲੀਆਂ ਸੀ ਹੁਣ ਕਹਿੰਦਾ ਜ਼ਿਕਰ ਕਰਦੇ ਹੁਣ ਕਿਹੜੇ ਪੈਕੇਜ ਦੀ ਗੱਲ ਕਰਦੇ ਹੋ ਨਹੀਂ ਗੱਲ ਤਾਂ ਇਹ ਹੈ ਨਾ ਜੀ ਵੀ ਜਦੋਂ ਆਏ ਸੀਗੇ ਮੋਦੀ ਸਾਹਿਬ ਪਹਿਲਾਂ ਤੇ ਨਾ ਤਾਂ ਮੋਦੀ ਸਾਹਿਬ ਨੇ ਉਦੋਂ ਕੁਛ ਕੀਤਾ ਨਾ ਐਤਕੀ ਕੁਛ ਕੀਤਾ ਤੇ ਇਹਨਾਂ ਦੇ ਜੁਮਲਾ ਪੱਤਰ 'ਚ MSP ਡੈਟ ਵੇਵਰ ਦਾ ਜ਼ਿਕਰ ਨਹੀਂ ਉਹਤੇ ਤਾਂ ਬੋਲ ਦਿੰਦੇ ਪਰ ਜਿਹੜੀ ਗੱਲ ਹੈ ਜ਼ਰੂਰੀ ਕਿ ਮੋਦੀ ਸਾਹਿਬ ਨੂੰ 5,500 ਸਿਕਿਉਰਿਟੀ ਪਰਸਨਲ ਦਾ ਬੰਦੋਬਸਤ ਕਰਨਾ ਪਿਆ ਆਪਦੀ ਵਿਜ਼ਿਟ ਲਈ
ਉਹ ਕਿਉਂ ਕਰਨਾ ਪਿਆ? ਕਿਉਂਕਿ ਕਿਸਾਨਾਂ ਦਾ ਡਰ ਜੋ ਇਹਨਾਂ ਦੇ ਕੈਂਡੀਡੇਟ ਨਾਲ ਹੋਇਆ ਬੀਜੇਪੀ ਨੂੰ ਸੀਗਾ ਕਿਤੇ ਮੋਦੀ ਸਾਹਿਬ ਨਾਲ ਨਾ ਹੋਵੇ ਤਾਂ ਕਰਕੇ ਇੰਨੀ ਸਿਕਿਉਰਿਟੀ। ਮਿਸਟਰ ਮਲਹੋਤਰਾ, ਨਾਰਾਇਣ ਸਾਹਿਬ ਦਾ ਫੋਕਸ ਜਿਹੜਾ ਧਿਆਨ ਨਾਰਾਇਣ ਸਾਹਿਬ ਧਿਆਨ ਤੁਹਾਡੀ ਪਾਰਟੀ ਤੇ ਰਿਹਾ ਕਿ ਤੁਸੀਂ ਇਮੋਸ਼ਨਲ ਕਾਰਡ ਖੇਡਦੇ ਪਏ ਹੋ? ਕੇਪੀ ਜੀ, ਅੰਗਰੇਜ਼ੀ ਚ ਨਾ ਇੱਕ ਸੇਇੰਗ ਹੈ, ਮੈਂ ਲੱਭ ਰਿਹਾ ਸੀ ਨੈਟ ਤੇ, ਰਿਲੀਜਨ ਇਜ਼ ਦ ਲਾਸਟ ਰਿਫਿਊਜ ਆਫ ਅ ਸਕਾਉਂਡਰਲ। ਇਹ ਇਨ ਜਨਰਲ ਮੈਂ ਡਿਸਕਸ ਕਰ ਰਿਹਾ ਕਿ ਜਦੋਂ ਕੋਈ ਰਾਜਨੇਤਾ ਧਰਮ ਦੇ ਵਿੱਚ ਵੜ ਜਾਂਦਾ ਨਾ, ਉਹਦੇ ਲਈ ਇਹੋ ਜਿਹੀ ਸੇਇੰਗ ਜਿਹੜੀ ਆ ਉਹ ਯੂਜ਼ ਕੀਤੀ ਜਾਂਦੀ ਹੈ। ਔਰ ਤੁਸੀਂ ਦੇਖੋ ਕਿ ਕਹਿੰਦੇ ਕਿ ਜੀ ਉਹਨਾਂ ਦਾ ਨਿੱਜੀ ਮਾਮਲਾ, ਨਿੱਜੀ ਮਾਮਲਾ ਤਾਂ ਉੱਥੇ ਐਡੇ ਸਾਰੇ ਕੈਮਰੇ ਅਤੇ ਮੀਡੀਆ ਪਰਸਨ ਵਗੈਰਾ ਲੈ ਕੇ ਤੁਸੀਂ ਸਾਰੀ ਦੁਨੀਆਂ ਨੂੰ ਭੇਜ ਰਹੇ ਹੋ, ਇਹ ਕਿਉਂ ਜਿਹਾ ਧਿਆਨ ਹੋਇਆ ਕਿ ਬਹਿ ਕੇ ਜੀ ਫੋਟੋਆਂ ਖਿਚਵਾ ਰਿਹਾ ਬੰਦਾ, ਵੀਡੀਓ ਖਿਚਵਾ ਰਿਹਾ, ਅਤੇ ਧਿਆਨ ਤਾਂ ਕੈਮਰਿਆਂ ਵਿੱਚ ਹੈ, ਇਹ ਕਾਹਦਾ ਧਿਆਨ ਹੋਇਆ? ਉਹ ਬੇਸਿਕਲੀ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾ ਰਿਹਾ ਬੰਦਾ, ਆਪਣੇ ਆਪ ਨੂੰ ਧਾਰਮਿਕ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਕਿ ਜਿੱਦਾਂ ਧਰਮ ਦੇ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਹੈ, ਧਰਮ ਨੂੰ ਸਿਰਫ ਅਤੇ ਸਿਰਫ ਜਨਤਾ ਨੂੰ ਬੁੱਧੂ ਬਣਾਉਣ ਲਈ ਅਤੇ ਚੋਣਾਂ ਜਿੱਤਣ ਲਈ ਇਸਤੇਮਾਲ ਕਰ ਰਿਹਾ ਉਹ ਬੰਦਾ। ਸਵਾਲ ਚੁੱਕ ਦਿੰਦੇ ਹੋ ਜੇ ਇੱਥੇ ਆ ਕੇ ਉਹ ਪੰਜ ਪਿਆਰਾਂ ਦਾ ਜ਼ਿਕਰ ਕਰਦੇ ਆ, ਜੇ ਇੱਥੇ ਆ ਕੇ ਉਹ ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਕਰਦੇ ਆ, ਹਰ ਗੱਲ ਤੇ ਸਵਾਲ ਅਮਰਤਾ ਸਾਹਿਬ ਵਜ੍ਹਾ ਸਰ। ਨਹੀਂ ਨਹੀਂ, ਤੁਸੀਂ ਦੇਖੋ ਕਿ ਜਿਹੜਾ ਬੰਦਾ ਆਪਣੀ ਵਾਈਫ ਨਾਲ ਰਿਸ਼ਤਾ ਨਹੀਂ ਰੱਖ ਸਕਿਆ, ਹੁਣ ਆ ਕੇ ਕਹਿੰਦਾ ਮੈਨੂੰ ਮੈਨੂੰ ਤਾਂ ਆਪਾਂ ਅਮਰਤਾ ਸਾਹਿਬ ਇਹਨਾਂ ਤੋਂ ਅਵਾਇਡ ਕਰੀਏ ਆਪਾਂ, ਪਲੀਜ਼ ਮੇਰੀ ਬੇਨਤੀ ਹੈ। ਨਹੀਂ ਅਮਰਤਾ ਸਾਹਿਬ, ਨਾ ਨਾ ਨਹੀਂ ਅਮਰਤਾ ਸਾਹਿਬ, ਇਹ ਕਬੂਲ ਨਹੀਂ ਹੈਗਾ, ਉਹ ਤੁਹਾਡੇ ਤੇ ਕੋਈ ਐਲੀਗੇਸ਼ਨ ਚੱਕ ਦੇਣਗੇ ਸਰ ਫਿਰ ਅਮਰਤਾ ਸਾਹਿਬ। ਮੈਂ ਤਾਂ ਅਵਤਾਰ, ਮੈਂ ਤਾਂ ਅਵਤਾਰ ਹਾਂ, ਯਾਨੀ ਕਿ ਮਾਂ ਨਾਲ ਵੀ ਰਿਸ਼ਤਾ ਤੋੜ ਲਿਆ, ਇੱਥੇ ਆ ਕੇ ਸਾਰਿਆਂ ਨਾਲ ਰਿਸ਼ਤਾ ਜੋੜ ਰਿਹਾ, ਈਵਨ ਪੰਜ ਪਿਆਰਿਆਂ ਨਾਲ ਰਿਸ਼ਤਾ ਜੋੜ ਰਿਹਾ, ਇਹ ਢੋਂਗੀ ਆਦਮੀ ਹੈ, ਦੇਸ਼ ਦੇ ਲੋਕਾਂ ਨੂੰ ਖਾਸ ਕਰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਔਰ ਨਾਦਰ ਸ਼ਾਹ ਔਰ ਅਬਦਾਲੀ ਤੋਂ ਨੂੰ ਫੋਨ ਲਾ ਲਿਆ, ਇਹ ਪੀਐਮ ਨੂੰ ਫੋਨ ਲਾ ਲਿਆ ਉਹਨਾਂ ਨੇ। ਇੱਕ ਮਿੰਟ ਜੀ, ਨਾਦਰ ਸ਼ਾਹ ਔਰ ਅਬਦਾਲੀ ਤੋਂ ਬਾਅਦ ਜੇ ਪੰਜਾਬ ਦਾ ਕੋਈ ਵੱਡਾ ਦੁਸ਼ਮਣ ਪੈਦਾ ਹੋਇਆ ਤਾਂ ਉਹ ਨਰਿੰਦਰ ਮੋਦੀ ਹੈ। ਚਲੋ ਮੈਂ ਆ ਰਿਹਾ ਸਰ, ਇੱਕ ਛੋਟਾ ਬ੍ਰੇਕ ਲੈ ਕੇ ਆ ਰਿਹਾ, ਅਕਾਲੀ ਦਲ ਨੂੰ ਵੀ ਸੁਣਨਾ ਆਪਾਂ, ਆ ਰਿਹਾ ਇੱਕ ਛੋਟਾ ਬ੍ਰੇਕ ਤਾਂ ਲੈ ਲੈਂਦੋ ਨਾ, ਮੇਰਾ ਧਿਆਨ ਬ੍ਰੇਕ ਵੱਲ ਵੀ ਹੈਗਾ ਥੋੜ੍ਹਾ ਜਿਹਾ, ਧਿਆਨ 'ਤੇ ਕਿਉਂ ਕਮਸਾਨ ਵਾਪਸ ਆ ਰਿਹਾ। ਮੁੜ ਤੋਂ ਤੁਹਾਡਾ ਸਵਾਗਤ, ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਪੰਜਾਬ 'ਚ ਬਿਆਨ ਤੋਂ ਕੰਨਿਆਕੁਮਾਰੀ ਦੇ ਧਿਆਨ ਤੱਕ ਪ੍ਰਧਾਨ ਮੰਤਰੀ ਦੇ ਪੋਲੀਟਿਕਸ ਕਿਉਂ ਤੱਪੀ? ਸ਼ਮਿੰਦਰ ਜੀ, ਅਕਾਲੀ ਦਲ ਦਾ ਪਹਿਲਾਂ ਟੇਕ ਕੀ ਹੈ? ਕਿਉਂਕਿ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਸਾਹਿਬ ਨੇ ਇੱਥੇ ਸੰਬੋਧਨ ਕੀਤਾ ਪੰਜਾਬ ਵਿੱਚ, ਉਸ ਤੋਂ ਬਾਅਦ ਹੀ ਇਹ ਧਿਆਨ ਵਾਲੀਆਂ ਗੱਲਾਂ, ਉਹ 'ਤੇ ਸਾਰਾ ਧਿਆਨ ਕੇਂਦਰਿਤ ਹੋ ਗਿਆ ਸਾਰਿਆਂ ਦਾ, ਅਕਾਲੀ ਦਲ ਦਾ ਪਹਿਲਾਂ ਟੇਕ ਕੀ ਹੈ? ਜੀ ਕੇਪੀ ਜੀ, ਦੇਖੋ ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਾਂਗੀ ਕਿਉਂਕਿ ਧਰਮ ਹਰ ਇੱਕ ਬੰਦੇ ਦਾ ਨਿੱਜੀ ਮਾਮਲਾ ਹੁੰਦਾ, ਉਹਨਾਂ ਦਾ ਨਿੱਜੀ ਮਸਲਾ ਹੁੰਦਾ, ਤੇ ਦੇਖੋ ਇਹ ਇਵੈਂਟ ਨੂੰ ਮੀਡੀਆ ਕਵਰ ਕਰ ਰਿਹਾ, ਤੇ ਇਹ ਮੀਡੀਆ ਨੂੰ ਸੋਚਣਾ ਚਾਹੀਦਾ ਕਿ ਇਹ ਇਵੈਂਟ ਕਵਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਤੇ ਦੇਖੋ ਜਿੱਥੋਂ ਤੱਕ ਆਪਾਂ ਗੱਲ ਕਰੀਏ, ਜੇ ਕੋਈ ਕਹਿੰਦਾ ਨਾ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਰੋਲ ਨਹੀਂ ਹੋਏਗਾ ਜਾਂ ਕੋਈ ਇਫੈਕਟ ਨਹੀਂ ਹੋਏਗਾ, ਤਾਂ ਇਹ ਗਲਤ ਹੈ। ਕਿਉਂਕਿ ਦੇਖੋ ਪਹਿਲਾ ਤਾਂ ਕਾਰਨ ਹੈ ਕਿ ਉਹ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨੇ, ਦੂਜਾ ਕਾਰਨ ਹੈ ਕਿ ਉਹਨਾਂ ਨੂੰ ਇੱਕ ਬਹੁਤ ਵੱਡੇ ਹਿੰਦੂ ਲੀਡਰ ਵਜੋਂ ਪ੍ਰੋਜੈਕਟ ਕੀਤਾ ਜਾਂਦਾ ਹੈ,
ਤੇ ਤੀਜਾ ਤੇ ਸਭ ਤੋਂ ਵੱਡਾ ਕਾਰਨ ਹੈ ਕਿ ਇੰਡੀ ਅਲਾਇੰਸ ਦੀ ਰਾਜਨੀਤਿਕ ਮੂਰਖਤਾ ਨੇ ਮੋਦੀ ਨੂੰ ਕੇਂਦਰਿਤ ਕਰ ਦਿੱਤਾ ਇਹਨਾਂ ਇਲੈਕਸ਼ਨਾਂ ਦੇ ਵਿੱਚ। ਤੇ ਜਿੱਥੇ ਤੱਕ ਉਹਨਾਂ ਨੇ ਆਪਣੇ ਪਲਾਨਸ ਦੀ ਤੇ ਪ੍ਰੋਗਰਾਮ ਦੀ ਗੱਲ ਕਰਨੀ ਹੁੰਦੀ ਹੈ, ਉੱਥੇ 80% ਇਹਨਾਂ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਮੋਦੀ ਦੀ ਹੀ ਗੱਲ ਕੀਤੀ ਹੈ। ਤੇ ਜੇ ਮੁੱਦੇ ਦੀ ਗੱਲ ਕਰਦੇ ਨੇ ਤਾਂ ਮੁੱਦਾ ਕਿਹੋ ਜਿਹਾ ਲੈ ਕੇ ਆਉਂਦੇ ਨੇ ਜੀ, ਵੈਲਥ ਡਿਸਟ੍ਰੀਬਿਊਸ਼ਨ ਦਾ। ਤੇ ਪੰਜਾਬ ਦੇ ਵਿੱਚ ਦੇਖੋ ਮੋਦੀ ਸਾਹਿਬ ਦਾ ਇਫੈਕਟ ਜਿਹੜਾ ਹੈ ਬਾਕੀ ਇਨ ਕੰਪੈਰੀਜ਼ਨ ਟੂ ਅਦਰ ਰੈਸਟ ਆਫ ਦਾ ਕੰਟਰੀ ਥੋੜਾ ਘੱਟ ਹੋਏਗਾ, ਕਿਉਂਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਪੰਜਾਬ ਨੂੰ ਤੇ ਚੋਣਾਂ ਨੂੰ ਪੰਜਾਬ ਸੈਂਟ੍ਰਿਕ ਕਰ ਦਿੱਤਾ, ਕਿਉਂਕਿ ਅਸੀਂ ਪੰਜਾਬ ਦੇ ਮੁੱਦੇ ਲੈ ਕੇ ਚੱਲੇ ਹਾਂ ਤੇ ਅਸੀਂ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜ ਰਹੇ ਹਾਂ। ਦੂਜੇ ਪਾਸੇ ਜਿੱਥੇ ਕਾਂਗਰਸ, ਆਮ ਆਦਮੀ ਪਾਰਟੀ ਤੇ ਬੀਜੇਪੀ ਕਹਿ ਰਹੀ ਕਿ ਮੇਰਾ ਪ੍ਰਧਾਨ ਮੰਤਰੀ ਬਣਾਓ, ਉਸਦੇ ਦੂਸਰੇ ਪਾਸੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਪੰਜਾਬ ਦੇ ਮੁੱਦੇ ਲੈ ਕੇ ਲੜਾਈ ਲੜ ਰਹੇ ਹੈ ਜੀ। ਨਹੀਂ ਤੁਹਾਨੂੰ ਟਾਈਮਿੰਗ ਤੇ ਕੋਈ ਡਾਊਟ ਨਹੀਂ ਹੈਗਾ, ਜਿਵੇਂ ਓਪੋਜੀਸ਼ਨ ਜਾਂ ਤੁਹਾਡੀ ਓਪੋਜੀਸ਼ਨ ਵੀ ਇਹੀ ਹੈ, ਕਾਂਗਰਸ ਤੇ ਆਮ ਆਦਮੀ ਪਾਰਟੀ, ਉਸ ਟਾਈਮਿੰਗ ਤੇ ਸਵਾਲ ਚੁੱਕ ਰਹੀ ਹੈ ਕਿ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਤੋਂ ਬਾਅਦ, ਤੁਹਾਨੂੰ ਇਸ 'ਤੇ ਕੋਈ ਡਾਊਟ ਨਹੀਂ ਹੈਗਾ? ਦੇਖੋ ਇਹ ਤਾਂ ਹਰ ਇੱਕ ਪਾਰਟੀ ਦੀ ਆਪਣੀ ਆਪਣੀ ਸਟ੍ਰੈਟੇਜੀ ਹੈ ਉਹ ਕਿਵੇਂ ਚੱਲ ਰਹੇ ਨੇ। ਬਾਕੀ ਇਸ ਨੂੰ ਇੰਨਾ ਵੱਡਾ ਈਵੈਂਟ ਬਣਾਉਣਾ ਤਾਂ ਮੀਡੀਆ ਕਵਰੇਜ ਦੇਖੋ ਮਿਲ ਰਹੀ ਆ ਉਹਨਾਂ ਨੂੰ, ਤਾਂ ਮੀਡੀਆ ਨੂੰ ਵੀ ਥੋੜਾ ਸੋਚਣਾ ਚਾਹੀਦਾ ਕਿ ਇਹਨੂੰ ਈਵੈਂਟ ਨੂੰ ਚਲੋ ਮੀਡੀਆ ਨੂੰ ਤੋਂ ਵਿਚਾਰ ਕਰਨਾ ਚਾਹੀਦਾ। ਤੁਸੀਂ ਠੀਕ ਕਹਿ ਰਹੇ ਹੋ ਸ਼ਮਿੰਦਰ ਜੀ, ਕੀ ਉੱਥੇ ਕੈਮਰੇ ਲੱਗਣੇ ਚਾਹੀਦੇ ਆ? ਦੇਖੋ ਮੈਂ ਤਾਂ ਇਹੀ ਕਹਿ ਰਹੀ ਹਾਂ, ਇਹ ਤਾਂ ਹਰ ਇੱਕ ਦਾ ਆਪਣਾ ਨਿੱਜੀ ਮਾਮਲਾ ਹੈਗਾ, ਉਹ ਵੀ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੇ ਨੇ। ਉਹਨਾਂ ਨੂੰ ਬਹੁਤ, ਮੈਂ ਆਪਣੇ ਪਹਿਲੇ ਵਾਲੀ ਸਟੇਟਮੈਂਟ 'ਚ ਮੈਂ ਜ਼ਿਕਰ ਕੀਤਾ ਕਿ ਉਹਨਾਂ ਨੂੰ ਬਹੁਤ ਵੱਡਾ ਹਿੰਦੂ ਲੀਡਰ ਦੇ ਰੂਪ 'ਚ ਪ੍ਰੋਜੈਕਟ ਕੀਤਾ ਜਾ ਰਿਹਾ। ਹਾਂ ਹਾਂ ਮਿਸਟਰ ਖੜਾ ਜੀ, ਐਸਏਡੀ ਦੀ ਨਜ਼ਰਾਂ 'ਚ ਇਹ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਹੈ ਜਾਂ ਨਹੀਂ ਹੈ? ਸੁਮਿੰਦਰ ਜੀ ਜਵਾਬ ਦੇਣਾ ਚਾਹੁੰਦੇ ਹੋ? ਦੇਖੋ ਇਹ ਤਾਂ ਦੇਖੋ ਹੁਣ ਬੰਦ ਹੋ ਗਿਆ ਹੈਗਾ ਜੀ, ਥੋੜਾ ਹੈਗਾ ਜੀ। ਨਹੀਂ ਵਾਇਲੇਸ਼ਨ ਲੱਗਦੀ ਤੁਹਾਨੂੰ ਇਹ? ਦੇਖੋ ਜਿਹੜਾ ਪ੍ਰਚਾਰ ਪੋਜੀਸ਼ਨ ਐਵੇਂ ਹੀ ਕਰੀ ਜਾਂਦੀ ਹੈ ਬਿਨਾਂ ਗੱਲ ਤੋਂ। ਦੇਖੋ ਅਸੀਂ ਵੀ ਆਪੋਜੀਸ਼ਨ 'ਚ ਹੀ ਹਾਂ, ਤੁਸੀਂ ਹੁਣ ਇਹ ਸਵਾਲ ਜੇ ਪਤਾ ਨਹੀਂ, ਮੈਨੂੰ ਲੱਗਦਾ ਨਹੀਂ ਪਿਆ ਆਪੋਜੀਸ਼ਨ 'ਚ, ਤੁਸੀਂ ਬਿਆਨ ਦਿੰਦੇ ਹੋ ਮੈਨੂੰ ਲੱਗਦਾ ਨਹੀਂ ਆਪੋਜੀਸ਼ਨ 'ਚ, ਤੁਸੀਂ ਫੀਲ ਨਹੀਂ ਹੁੰਦਾ ਤੁਸੀਂ ਉਹਨਾਂ ਨੂੰ ਤਾਂ ਨਹੀਂ, ਤੁਸੀਂ ਆਮ ਆਦਮੀ ਨੂੰ ਤੇ ਕਾਂਗਰਸ ਨੂੰ ਪੁੱਛੋ ਨਾ ਕਿ ਇਹ ਇਕੱਠੇ। ਮੈਂ ਤਾਂ ਆਮ ਆਦਮੀ ਪਾਰਟੀ ਨੂੰ ਸਵਾਲ ਕਰੂੰਗਾ, ਮੈਂ ਆਮ ਆਦਮੀ ਪਾਰਟੀ ਨੂੰ ਸਵਾਲ ਕਰੂੰਗਾ। ਤੁਸੀਂ ਦੇਖੋ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਅਸੀਂ 13 ਦੀ 13 ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਪਾਵਾਂਗੇ, ਉਹਨਾਂ ਨੇ ਕਹੀ ਇਹ ਗੱਲ। ਦੇਖੋ ਇਹ ਪੁੱਛੋ ਨਾ ਤੁਸੀਂ ਸਵਾਲ, ਜ਼ਿਆਦਾ ਇਹ ਮਾਇਨੇ ਰੱਖ। ਚਲੋ ਫਿਰ ਇੱਕ 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 ਐਡਰੈਸ ਤੁਸੀਂ ਦੱਸ ਦਿਓ, ਜੇ ਤੁਸੀਂ ਜਿੱਤ ਗਏ ਤੁਹਾਡੀਆਂ ਸੀਟਾਂ ਕਿਹਦੀ ਝੋਲੀ ਪੈਣਗੀਆਂ? ਦੇਖੋ ਅਸੀਂ ਪਹਿਲਾਂ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਦੇ ਹੱਕ ਲਈ ਖੜੇਗਾ ਉਹਦੇ ਨਾਲ ਜਾਏਗਾ, ਨਹੀਂ ਤਾਂ ਅਸੀਂ ਇਕੱਲੇ ਖੜੇ। ਜੇ ਇੰਡੀਆ ਅਲਾਇੰਸ ਨੇ ਕਹਿਤਾ ਵੀ ਅਸੀਂ ਪੰਜਾਬ ਦੇ ਹੱਕ 'ਚ ਖੜੇ, ਫਿਰ ਜਾਓਗੇ ਉਹਨਾਂ ਨਾਲ? ਦੇਖੋ ਇਹ ਪਾਰਟੀ ਨੇ, ਸੀਨੀਅਰ ਲੀਡਰਸ਼ਿਪ ਨੇ ਫੈਸਲਾ ਲੈਣਾ। ਜੇ ਐਨਡੀਏ ਨੇ ਕਹਿਤਾ ਅਸੀਂ ਪੰਜਾਬ ਦੇ ਹਿੱਤ 'ਚ ਖੜੇ, ਫਿਰ ਜਾਓਗੇ ਨਾਲ ਉਹਨਾਂ ਦੇ? ਦੇਖੋ ਪਹਿਲਾਂ ਕੰਮ ਕਰਨਾ ਪਏਗਾ, ਪਹਿਲਾਂ ਦੇਖਣਾ ਪਏਗਾ ਕਿ ਕੀ ਕਰਦੇ ਨੇ। ਜਦੋਂ ਉਹਨਾਂ ਨੇ ਪੰਜਾਬ ਦੇ ਹੱਕ ਲਈ ਨਹੀਂ ਖੜੇ, ਪੰਜਾਬ ਦੇ ਹੱਕਾਂ ਲਈ ਨਹੀਂ ਅਸੀਂ ਲੜਦੇ ਰਹੇ ਹਾਂ, ਜਦੋਂ ਨਹੀਂ ਕੀਤਾ ਤੇ ਅਸੀਂ ਸਾਥ ਛੱਡਤਾ ਸੀ ਉਹਨਾਂ ਦਾ। ਠੀਕ ਹੈ, ਇਹ ਔਖਾ ਸਵਾਲ ਹੈ ਥੋੜ੍ਹਾ ਸ਼ਮਿੰਦਰ ਜੀ, ਮੈਂ ਸਮਝ ਸਕਦਾ। ਲਕੇਸ਼ ਨਾਰਾਇਣ ਸਾਹਿਬ, ਔਖਾ ਨਹੀਂ ਮੈਂ ਜਵਾਬ ਦੇਤਾ। ਓਕੇ ਲਕੇਸ਼ ਨਾਰਾਇਣ ਸਾਹਿਬ, ਤੁਸੀਂ ਹੱਥ ਖੜਾ ਕੀਤਾ ਸੀਗਾ ਮਾਡਲ ਕੋਡ ਆਫ ਕੰਡਕਟ ਦੇ ਸਵਾਲ ਤੇ, ਕੀ ਜਵਾਬ ਦੇਣਾ ਚਾਹੁੰਦੇ ਤੁਸੀਂ? ਸਰ ਮੈਂ ਕਹਿ ਰਿਹਾ ਕੇਪੀ ਜੀ, ਚਰਚਾ ਸਾਰੇ ਮੁੱਦਿਆਂ ਤੇ ਕਰਿਆ ਕਰੋ। ਮੈਂ ਤਾਂ ਵਿੱਚ ਇੰਟਰਵਿਊ ਕੀਤਾ ਸੀਗਾ ਕਿ ਜਿਹੜਾ ਦਿੱਲੀ ਦੇ ਵਿੱਚ ਇੱਕ ਝੂਠਾ ਆਦਮੀ ਆਪਣੇ ਆਪ ਨੂੰ ਵਿਕਟਿਮ ਦਿਖਾ ਕੇ ਸਿੰਪਥੀ ਲੈਣ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਕੋਈ ਸੁਣਨਾ ਨਹੀਂ ਚਾਹੁੰਦਾ, ਆਪਣਾ ਹੀ ਕੈਮਰਾ ਔਨ ਕਰਦਾ ਆ, ਕੈਮਰਾ ਔਨ ਕਰਕੇ ਕੁਛ ਬੋਲਦਾ ਆ, ਉਦੋਂ ਨੂੰ ਟੈਲੀਕਾਸਟ ਕਰ ਦਿੰਦਾ। ਕਿਆ ਇਹ ਪੰਜਾਬ ਦੀ ਚੋਣਾਂ ਤੋਂ ਪਹਿਲਾਂ ਕਿਆ ਇਹ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਨਹੀਂ ਆ? ਆਪਾਂ ਚਰਚਾ ਇੱਕ ਦੇਖੋ ਇੱਕ ਨਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ
ਇਹ ਜਿਹੜੇ ਏ ਔਰ ਬੀ ਪਾਰਟੀ ਵਾਲੇ ਇਕੱਠੇ ਹੋ ਗਏ ਆ ਜਾਂ ਕੁਛ ਹੋਰ ਲੋਕਾਂ ਦੁਆਰਾ ਕਿ ਸਿਰਫ ਔਰ ਸਿਰਫ ਬੀਜੇਪੀ ਨੂੰ ਕ੍ਰਿਟੀਸਾਈਜ਼ ਕਰੋ, ਮਤਲਬ ਅਰਵਿੰਦ ਕੇਜਰੀਵਾਲ ਆਪਣੇ ਮਾਂ ਬਾਪ ਬਾਰੇ ਬੋਲ ਰਿਹਾ। ਆਪਾਂ ਉਹ ਵੀ ਸਵਾਲ ਲੈ ਲੈਂਦੇ ਨਾਰਾਇਣ ਸਾਹਿਬ, ਆਪਾਂ ਸਵਾਲ ਛੱਡਦੇ ਨਹੀਂ, ਚਿੰਤਾ ਨਾ ਕਰੋ, ਇੱਥੇ ਕੋਈ ਨੈਰੇਟਿਵ ਸਿਰਜਿਆ ਨਹੀਂ ਜਾਊਗਾ, ਇੱਥੇ ਸਾਰਿਆਂ ਦੀ ਗੱਲ ਹੋਊਗੀ। ਨਾਰਾਇਣ ਸਾਹਿਬ ਇਹ ਚਿੰਤਾ ਛੱਡ ਦਿਓ ਸਰ, ਇਹ ਮੇਰੇ 'ਤੇ ਭਰੋਸਾ ਰੱਖੋ ਨਾਰਾਇਣ ਸਾਹਿਬ, ਤੁਸੀਂ ਸਾਡੇ ਸਾਡੇ ਮੰਚ 'ਤੇ ਭਰੋਸਾ ਰੱਖੋ, ਸਾਡੇ ਚੈਨਲ 'ਤੇ ਭਰੋਸਾ ਰੱਖੋ। ਮਨੋਤਰ ਸਾਹਿਬ ਉਹ ਕਹਿੰਦੇ ਇਹ ਵੀ ਮੋਡਲ ਕੋਡ ਆਫ ਕੰਡਕਟ ਦੀ ਉਲੰਘਣਾ ਨਹੀਂ ਗੀ, ਜਿਹੜੇ ਤੁਸੀਂ ਆਪ ਹੀ ਕੈਮਰਾ ਔਨ ਕਰਦੇ ਹੋ ਅਤੇ ਭਾਸ਼ਣ ਦਿੰਦੇ ਹੋ, ਵਿਕਟਮ ਕਾਰ ਖੇਡਦੇ ਹੋ ਅਤੇ ਚਲੇ ਜਾਂਦੇ ਹੋ। ਮਨੋਤਰ ਸਾਹਿਬ ਪਰ ਅਸੀਂ ਅਸੀਂ ਡਰਾਮਾ ਤਾਂ ਨਹੀਂ ਕਰਦੇ, ਅਸੀਂ ਢਕੋਸਲਾ ਤਾਂ ਨਹੀਂ ਕਰਦੇ ਕਿ ਅਸੀਂ ਧਿਆਨ ਲਾ ਰਹੇ ਹਾਂ, ਧਿਆਨ ਤਾਂ ਤੁਹਾਡਾ ਕੈਮਰਿਆਂ 'ਚ ਹੈ, ਹੈ ਸਾਰਾ ਸਾਰਾ ਮੀਡੀਆ ਤੁਸੀਂ ਇਕੱਠਾ ਕਰਕੇ ਸਾਰੀ ਦੁਨੀਆ ਭੇਜ ਰਹੇ ਹੋ, ਸਵਾਹ ਤੇ ਮਿੱਟੀ ਧਿਆਨ ਲਾ ਰਹੇ ਹੋ, ਸਵਾਹ ਤੇ ਮਿੱਟੀ ਧਿਆਨ ਲਾ ਰਹੇ ਹੋ। ਔਰ ਇੱਕ ਮਿੰਟ, ਤੁਹਾਡਾ ਐਸਾ ਬੇਸ਼ਰਮ ਪ੍ਰਧਾਨ ਮੰਤਰੀ ਹੈ, ਆਪਣੀ 96 ਸਾਲ ਦੀ ਮਾਂ ਨੂੰ ਤਾਂ ਨੋਟਬੰਦੀ ਦੇ ਥੋੜਾ ਜਿਹਾ ਧਿਆਨ ਰੱਖੀ। ਮਲੋਤਰ ਸਾਹਿਬ ਪਲੀਜ਼, ਮਲੋਤਰ ਸਾਹਿਬ ਮੇਰੀ ਮੇਰੀ ਬੇਨਤੀ ਹੈ ਸਰ, ਮਲੋਤਰ ਸਾਹਿਬ ਮੇਰੀ ਮੇਰੀ ਬੇਨਤੀ, ਮਲੋਤਰ ਸਾਹਿਬ ਪਲੀਜ਼, ਆਪਾਂ ਨਿੱਜੀ ਅਟੈਕ ਨਾ ਕਰੀ, ਮਲੋਤਰ ਸਾਹਿਬ ਮੈਂ ਪਹਿਲਾਂ ਵੀ ਤਾਂ ਰੋਕਿਆ ਸੀ, ਮਲੋਤਰ ਸਾਹਿਬ ਪਲੀਜ਼ ਸਰ, ਬੰਦੇ ਨੂੰ ਪਾਰਟੀ ਦੇ ਨੂੰ ਡਿਬੇਟ ਤੇ ਨਹੀਂ, ਮਲੋਤਰ ਸਾਹਿਬ ਪਲੀਜ਼ ਸਰ, ਮੇਰੀ ਬੇਨਤੀ ਹੈ ਸਰ, ਮਲੋਤਰ ਸਾਹਿਬ ਆਪਾਂ ਨਿੱਜੀ ਹਮਲੇ ਨਾ ਕਰੀਏ ਸਰ, ਨਿੱਜੀ ਹਮਲੇ ਨਾ ਕਰੀਏ ਸਰ, ਮਲਹੋਤਰਾ ਸਾਹਿਬ ਮੇਰੀ ਬੇਨਤੀ, ਮਲਹੋਤਰਾ ਸਾਹਿਬ, ਮਲਹੋਤਰਾ ਸਾਹਿਬ ਬੜੇ ਦਿਨਾਂ ਬਾਅਦ ਡਿਬੇਟ 'ਚ ਆਪਾਂ ਇਕੱਠੇ ਹੋਏ, ਮਲਹੋਤਰਾ ਸਾਹਿਬ ਆਹ ਤਲਖੀ ਛੱਡ ਕੇ ਆਪਾਂ ਗੱਲ ਕਰ ਲਈਏ ਸਰ, ਤਲਖੀ ਛੱਡ ਕੇ ਗੱਲ ਕਰੀਏ, ਮਲਹੋਤਰਾ ਸਾਹਿਬ, ਮਲਹੋਤਰਾ ਸਾਹਿਬ, ਮਲਹੋਤਰਾ ਸਾਹਿਬ ਮੇਰੀ ਬੇਨਤੀ ਹੈ, ਮਲਹੋਤਰਾ ਸਾਹਿਬ, ਮਲਹੋਤਰਾ ਸਾਹਿਬ, ਮਲਹੋਤਰਾ ਸਾਹਿਬ, ਮਲਹੋਤਰਾ ਸਾਹਿਬ, ਮਲਹੋਤਰਾ ਸਾਹਿਬ, ਮਲਹੋਤਰਾ ਸਾਹਿਬ ਇਹ ਮੰਚ ਸਰ ਕਿਸੇ 'ਤੇ ਨਿੱਜੀ ਅਟੈਕ ਦੀ ਇਜਾਜ਼ਤ ਨਹੀਂ ਦਿੰਦਾ ਸਰ, ਮੇਰੀ ਬੇਨਤੀ ਹੈ। ਯਾਰ ਮੈਂ ਨਿੱਜੀ ਅਟੈਕ ਨਹੀਂ ਕਰ ਰਿਹਾ, ਮੈਂ ਇਹਦੀ ਪਾਰਟੀ ਦੇ ਅਟੈਕ ਕਰ ਰਿਹਾ, ਬੇਈਮਾਨ ਪਾਰਟੀ ਹੈ, ਚੋਰ ਪਾਰਟੀ ਹੈ, ਈਡੀ ਭੇਜ ਕੇ ਸਾਰੇ ਦੇਸ਼ ਦੇ ਸਾਹਮਣੇ ਇਹਨਾਂ ਨੇ ਉਹ ਜੋ ਨਾਰਾਇਣ ਸਾਹਿਬ ਜਵਾਬ ਦੇਣ ਦੇ, ਨਾਰਾਇਣ ਸਾਹਿਬ ਜਵਾਬ ਦੇ, ਨਾਰਾਇਣ ਸਾਹਿਬ ਨਾਰਾਇਣ ਸਾਹਿਬ ਇਹਨਾਂ ਦੇ ਕੇਜਰੀਵਾਲ ਨੂੰ ਕਿਵੇਂ ਅਰੈਸਟ ਕੀਤਾ ਪਿਆ ਇਹਨਾਂ ਨੇ? ਹਾਂ ਮਲਹੋਤਰਾ ਸਾਹਿਬ, ਮਲਹੋਤਰਾ ਸਾਹਿਬ ਕੇਸ ਕੋਰਟ ਵਿੱਚ ਆ ਸਾਰੇ, ਮਲਹੋਤਰਾ ਸਾਹਿਬ ਉਹ ਜਨਾਬ ਸਾਰੇ ਦੇਸ਼ ਦੇ ਸਾਹਮਣੇ ਹੈ ਕੇਸ, ਸਾਰੇ ਦੇਸ਼ ਨੂੰ ਪਤਾ ਪੈਸਾ ਇਹਨਾਂ ਦੇ ਅਕਾਊਂਟ 'ਚ ਗਿਆ, ਕਿਉਂ ਨਹੀਂ ਅਰੈਸਟ ਕਰਦੇ ਆਪਣੇ ਪ੍ਰਧਾਨ ਨੂੰ ਤੇ ਆਪਣੇ ਪ੍ਰਧਾਨ ਮੰਤਰੀ ਨੂੰ? ਪੈਸਾ ਇਹਨਾਂ ਦੇ ਅਕਾਊਂਟ 'ਚ ਗਿਆ, ਸਾਰੇ ਦੇ ਸਾਹਮਣੇ ਹੈ। ਨਾਰਾਇਣ ਸਾਹਿਬ, ਨਾਰਾਇਣ ਸਾਹਿਬ ਬੋਲੋ ਸਰ। ਕੇਪੀ ਜੀ ਇਸ ਤਰ੍ਹਾਂ ਕਿ ਥੋੜ੍ਹਾ ਜਿਹਾ ਇਹਨਾਂ ਨੂੰ ਕਹਿੰਦਾ ਪਾਣੀ ਪੂਣੀ ਇਹਨਾਂ ਕੋਲ ਜਦ ਤੱਕ ਪੀ ਲੈਣ, ਮੈਂ ਆਪਣੀ ਗੱਲ ਨਾਲ ਜਵਾਬ ਦੇਣਾ, ਵਿੱਚ ਨਾ ਬੋਲਣ, ਵਿੱਚ ਨਾ ਬੋਲਣ, ਸਿਆਣੇ ਨੇ ਮੈਂ ਇਹਨਾਂ ਬਾਰੇ ਕੁਛ ਕਹੂੰਗਾ ਇਹਨਾਂ ਨੂੰ ਠੀਕ ਨਹੀਂ ਲੱਗੂਗਾ, ਵਿੱਚ ਨਾ ਬੋਲਣ। ਦੇਖੋ ਗੱਲ ਇਸ ਤਰ੍ਹਾਂ ਹੈ ਕਿ ਆਪਾਂ ਜਿਹੜੀ ਚੀਜ਼ 'ਤੇ ਚਰਚਾ ਕਰ ਰਹੇ ਹਾਂ, ਪ੍ਰਧਾਨ ਮੰਤਰੀ ਜੀ ਚੋਣ ਕੰਪੇਨ ਖਤਮ ਹੋਣ ਤੋਂ ਬਾਅਦ ਮੈਡੀਟੇਸ਼ਨ ਕਰ, ਜਵਾਬ ਦੇਣਾ ਚਾਹੁੰਦੇ ਹੋ, ਸੁਣ ਲਈਏ ਆਪਾਂ, ਜਵਾਬ ਨਹੀਂ ਦੇ ਰਹੇ, ਦੂਜੇ ਪਾਸੇ ਜਾ ਰਹੇ ਹੈ। ਜੂਨ ਤੋਂ ਬਾਅਦ ਹੋਈ ਰੋਕ ਜੋ, ਥੋੜਾ ਸ਼ਾਂਤੀ ਰੱਖੋ। ਨਾਰਾਇਣ ਸਾਹਿਬ, ਨਾਰਾਇਣ ਸਾਹਿਬ ਉਹ ਕਹਿੰਦੇ ਆ ਤੁਸੀਂ ਈਡੀ ਦਾ ਜਵਾਬ ਦਿਓ, ਸੀਬੀਆਈ ਦਾ ਜਵਾਬ ਦਿਓ, ਇਲੈਕਟ੍ਰੋਲ ਬੌਂਡ ਦਾ ਜਵਾਬ ਦਿਓ। ਕੇਪੀ ਜੀ ਦੇ ਰਿਹਾ ਠੰਡਾ ਪਾਣੀ ਦੇ, ਇੱਕ ਦੋ ਗਲਾਸ ਪੀਣ ਤਦ ਤੱਕ ਮੈਂ ਆਪਣੀ ਗੱਲ ਕੰਪਲੀਟ ਕਰ ਲੂੰਗਾ, ਵਿੱਚ ਨਾ ਬੋਲੋ। ਠੀਕ ਆ, ਤੁਸੀਂ ਪੀ ਲਓ ਜੇ ਤੁਹਾਨੂੰ ਲੋੜ ਹੈ ਤਾਂ, ਬੋਲਣ ਵਿੱਚ ਨਾ ਬੋਲੋ। ਚਲੋ ਤੁਸੀਂ ਨਾ ਪੀਓ, ਮੈਨੂੰ ਤਾਂ ਪੀ ਲਓ, ਮੈਂ ਪੀ ਲੈਣਾ, ਬੋਲੋ ਨਾਲੋ ਸਾ ਬੋਲੋ। ਦੇਖੋ ਮੈਂ ਕਹਿ ਰਿਹਾ ਮਲਹੋਤਰਾ ਜੀ, ਆਪਣਾ ਕੇਪੀ ਜੀ ਕੱਲ ਦੀ ਕੰਪੇਨ ਖਤਮ ਹੋ ਗਈ ਆ, ਮਾਡਲ ਕੋਡ ਆਫ ਕੰਡਕਟ ਸਾਰਿਆਂ ਤੇ ਲਾਗੂ ਆ, ਪ੍ਰਧਾਨ ਮੰਤਰੀ ਜੀ ਆਪਣੀ ਮੈਡੀਟੇਸ਼ਨ ਕਰ ਰਹੇ ਆ, ਉਹਨਾਂ ਨੇ ਕੁਛ ਨਹੀਂ ਕਿਹਾ, ਉਹਨਾਂ ਦੀ ਜੋ ਧਾਰਮਿਕ ਆਸਥਾ ਉਹਦੇ ਮੁਤਾਬਕ ਉਹ ਮੈਡੀਟੇਸ਼ਨ ਕਰ ਰਿਹਾ। ਹੁਣ ਦੂਸਰੇ ਪਾਸੇ ਮੈਂ ਤੁਹਾਨੂੰ ਕਿਹੜੀ ਚੀਜ਼ ਕੰਪੇਅਰ ਕਰਨ ਨੂੰ ਕਹਿ ਰਿਹਾ ਸੀਗਾ ਕਿ ਮਾਡਲ ਕੋਡ ਆਫ ਕੰਡਕਟ ਹੋਣ ਤੋਂ ਬਾਅਦ ਆਪਾਂ ਛੱਡ ਦੇਈਏ ਵੀ ਕੋਈ ਕੇਸ ਚੱਲਦਾ ਕਿਸੇ 'ਤੇ ਜਾਂ ਨਹੀਂ ਚੱਲਦਾ, ਪਰ ਕੋਈ ਇੱਕ ਜ਼ਿੰਮੇਵਾਰ ਪਦ 'ਤੇ ਬੈਠਾ ਬੰਦਾ ਆਪਣਾ ਵਿਕਟਿਮ ਕਾਰਡ ਖੇਡ ਲਿਆ, ਵੋਟਰਾਂ ਨੂੰ ਇਹ ਕਹਿ ਰਿਹਾ ਕਿ ਜਦ ਮੈਂ ਵਾਪਸ ਆਊਂਗਾ 1000-1000 ਰੁਪਏ ਦੀ ਪੈਨਸ਼ਨ ਲਾਗੂ ਕਰ ਦੂੰਗਾ,
ਹੋਰ ਵੋਟਰਾਂ ਨੂੰ ਅਲੋਰੈਂਸ ਦੇ ਰਿਹਾ, ਇਹ ਸਿੱਧੀ ਮਾਡਲ ਕੋਡ ਆਫ ਕੰਡਕਟ ਦੀ ਵਾਇਓਲੇਸ਼ਨ ਆ। ਤੁਸੀਂ ਸਾਡੀ ਮੈਡੀਟੇਸ਼ਨ 'ਤੇ ਸਵਾਲ ਚੁੱਕਦੇ ਹੋ। ਇੱਥੇ ਇੱਕ ਬੰਦਾ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਅਲਿਓਰ ਕਰ ਰਿਹਾ ਮੀਡੀਆ ਦੇ ਰਾਹੀਂ ਕਿ ਜੇ ਤੁਸੀਂ ਮੇਰਾ ਸਾਥ ਦਿਓ ਮੈਂ ਆਊਂਗਾ ਤੁਹਾਡੇ ਲਈ। ਕਿਆ ਇਹ ਕਿਆ ਇਹ ਵੋਟਰਾਂ ਨੂੰ ਪ੍ਰਲੋਭਨ ਨਹੀਂ ਆ? ਚਲੋ ਖਡਿਆਲ ਸਾਹਿਬ, ਜੋ ਨਾਰਕ ਸਾਹਿਬ ਸਵਾਲ ਚੁੱਕਦੇ ਪਏ ਹੈ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ, ਬਿਲਕੁਲ 100% ਜੀ ਜੋ ਮੋਦੀ ਸਾਹਿਬ ਕਰ ਰਹੇ ਹੈ ਉਹ 100% ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੈ, ਕਿਉਂਕਿ ਲੋਕ ਤਾਂ ਨਹੀਂ ਆਮ ਆਦਮੀ ਪਾਰਟੀ ਸਵਾਲ ਚੁੱਕਦੇ ਪਏ ਆ ਨਾਰਕ ਸਾਹਿਬ। ਹਾਂ ਨਾਰਕ ਸਾਹਿਬ ਆਮ ਆਦਮੀ ਪਾਰਟੀ ਸਵਾਲ ਚੁੱਕਦੇ ਪਏ ਆ, ਉਹਨਾਂ 'ਤੇ ਕਾਂਗਰਸ ਦਾ ਕੀ ਰਿਐਕਸ਼ਨ ਹੈ? ਨਹੀਂ ਨਾਰਿੰਗ ਸਾਹਿਬ ਕਹਿ ਰਹੇ ਹੈ ਆਮ ਆਦਮੀ ਪਾਰਟੀ ਨੂੰ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਕੀ ਹੈ, ਕੀ ਹੈ ਵਾਇਲੇਸ਼ਨ ਪੁੱਛਦੇ ਪਏ ਦੱਸ ਦੋ। ਇੱਕ ਸੈਕਿੰਡ ਨਾਰਿੰਗ ਸਾਹਿਬ, ਇਕੱਠੇ ਦਾ ਤੁਸੀਂ ਤੇ ਐਸਏਡੀ ਹੋ, ਐਸਏਡੀ ਤੁਹਾਡੇ ਖਿਲਾਫ ਨਹੀਂ ਬੋਲ ਕੇ ਰਾਜੀ, ਤੁਸੀਂ ਐਸਏਡੀ ਖਿਲਾਫ ਬੋਲ ਕੇ ਰਾਜੀ, ਤੁਹਾਡੇ ਦੋਵਾਂ ਬਾਰੇ ਪੰਜਾਬ ਬੋਲ ਕੇ ਰਾਜੀ, ਕਿਉਂਕਿ ਪੰਜਾਬ ਨੇ ਤੁਹਾਨੂੰ ਨਕਾਰਤਾ। ਸੁਣ ਲਓ ਹੁਣ, ਸੁਣ ਲਓ ਨਾਰਿੰਗ ਸਾਹਿਬ ਸਵਾਲ ਕਰਾਉਣਾ ਚਾਹੁੰਦੇ ਆ, ਸੁਣ ਲਓ ਸਵਾਲ ਤਾਂ ਸੁਣ ਲਓ, ਬੋਲੋ ਨਾਰਿੰਗ ਸਾਹਿਬ ਬੋਲੋ। ਮੈਂ ਇੱਕ ਬ੍ਰੇਕ ਲੈ ਲਵਾਂ ਨਾਰਿੰਗ ਸਾਹਿਬ, ਸਵਾਲ ਦਾ ਰੈਡੀ ਰੱਖੋ ਤੁਸੀਂ, ਮੈਂ ਬ੍ਰੇਕ ਲੈ ਲਵਾਂ, ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਵਾਪਸ ਆਵਾਂਗੇ, ਪੀਸੀਆਰ ਦਾ ਧਿਆਨ ਮੇਰੇ ਵਾਲਾ, ਬ੍ਰੇਕ ਕਦੋਂ ਲਊ ਵਾਪਸ ਆ ਰਿਹਾ। ਮੁੜ ਤੋਂ ਤੁਹਾਡਾ ਸਵਾਗਤ। ਵੱਡਾ ਸਵਾਲ ਅਸੀਂ ਪੁੱਛ ਰਹੇ, ਪੰਜਾਬ 'ਚ ਬਿਆਨ ਤੋਂ ਕੰਨਿਆਕੁਮਾਰੀ ਦੇ ਧਿਆਨ ਤੱਕ ਪ੍ਰਧਾਨ ਮੰਤਰੀ ਦੇ ਪੋਲਿਟਿਕਸ ਕਿਉਂ ਦਿੱਤੀ? ਨਾਰਾ ਸਾਹਿਬ ਕੀ ਸਵਾਲ ਹੈ ਤੁਹਾਡਾ, ਕਾਂਗਰਸ ਜਵਾਬ ਦੇਣਾ ਚਾਹੁੰਦੀ, ਬੋਲੋ। ਛੜਿਆਲ ਜੀ, ਮੇਰਾ ਨਾ ਇੱਕ ਸਿੰਪਲ ਸਵਾਲ ਹੈ, ਮੈਂ ਪੂਰਾ ਨਹੀਂ ਭਾਸ਼ਣ ਸੁਣਿਆ, ਪਰ ਜਿੰਨਾ ਮੈਂ ਕੇਜਰੀਵਾਲ ਸਾਹਿਬ ਦਾ ਭਾਸ਼ਣ ਸੁਣਿਆ, ਵਿਕਟਿਮ ਕਾਰਡ ਖੇਡ ਰਹੇ ਆ, ਹੋਰ ਗੱਲਾਂ ਕਰ ਰਹੇ ਆ, ਉਹਦੇ ਨਾਲ ਨਾਲ ਲੋਕਾਂ ਕੋਲ ਆਪਣੇ ਮਾਂ ਬਾਪ ਲਈ ਸਿਮਥੀ ਮੰਗ ਰਹੇ ਆ, ਵੋਟ ਮੰਗ ਰਹੇ ਆ, ਤਾਕਤ ਮੰਗ ਰਹੇ ਆ, ਉਹ ਲਾਸਟ 'ਚ ਕਹਿ ਰਹੇ ਆ ਕਿ ਜਦੋਂ ਮੈਂ ਵਾਪਸ ਆਊਂਗਾ ਤਾਂ ਮੈਂ, ਤੁਸੀਂ ਮੇਰੇ ਲਈ ਦੁਆ ਕਰੋ ਮੈਂ ਛੇਤੀ ਵਾਪਸ ਆਵਾਂ ਤਾਂ ਮੈਂ ਤੁਹਾਡਾ 1000-1000 ਰੁਪਈਆ ਭੈਣਾਂ ਦਾ ਦਊਂਗਾ। ਕਿਆ ਇਹ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਨਹੀਂ ਹੈ ਖੜਿਆਲ ਸਾਹਿਬ? ਚਾਹੇ ਤੁਹਾਡਾ ਦਿੱਲੀ 'ਚ ਤੁਸੀਂ ਇਕੱਠੇ ਹੋ, ਮੈਂ ਉਸ ਚੀਜ਼ ਨੂੰ ਉਹ ਨਹੀਂ ਕਹਿੰਦਾ, ਪਰ ਤੁਸੀਂ ਐਜ਼ ਏ ਵਕੀਲ ਦੱਸੋ ਕਿਆ ਇਹ ਵਾਇਲੇਸ਼ਨ ਨਹੀਂ ਹੈ? ਉਹਦਾ ਮੈਂ ਜਵਾਬ ਦਿੰਦਾ। ਪਹਿਲੀ ਗੱਲ ਤਾਂ ਕਾਇੰਡਲੀ ਮੈਨੂੰ ਇੱਕ ਮਿੰਟ ਅਨਇੰਟਰਪਟਿਡ ਦੇ ਦਿਓ। ਜਿੱਥੋਂ ਤੱਕ ਗੱਲ ਹੈਗੀ ਹੈ ਵਾਇਲੇਸ਼ਨ ਦੀ, ਬੀਜੇਪੀ ਦੇ ਡਬਲ ਸਟੈਂਡਰਡ ਦੇਖੋ, ਇੱਥੇ ਤਾਂ ਕਹਿ ਰਹੇ ਵਾਇਲੇਸ਼ਨ ਹੋਈ, ਲੇਕਿਨ ਕਿਸੇ ਬੀਜੇਪੀ ਦੇ ਲੀਡਰ ਨੇ ਕੀ ਕੰਪਲੇਂਟ ਪਾਈ ਇਹਨਾਂ ਖਿਲਾਫ਼? ਟੀਵੀ 'ਤੇ ਆ ਕੇ ਤਾਂ ਕਹਿ ਦੇਣਗੇ, ਲੇਕਿਨ ਅਦਰਵਾਈਜ਼ ਵੈਨ ਇਟ ਕਮਸ ਟੂ ਟੇਕਿੰਗ ਐਨ ਐਕਸ਼ਨ ਉੱਥੇ ਕੁਛ ਵੀ ਨਹੀਂ ਕਰਨਗੇ। ਅਸੀਂ ਔਨ ਦੀ ਅਦਰ ਹੈਂਡ ਮੋਦੀ ਸਾਹਿਬ ਖਿਲਾਫ਼ ਬਕਾਇਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਡੈਲੀਗੇਸ਼ਨ ਸਾਡੀ ਮਿਲ ਕੇ ਆਈ ਹੈ, ਅਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਅਕਾਊਂਟੇਬਿਲਿਟੀ ਫਿਕਸ ਹੋਵੇ। ਤੁਹਾਨੂੰ ਯਾਦ ਹੋਊਗਾ ਜਦੋਂ ਮੋਦੀ ਸਾਹਿਬ ਨੇ ਕਮਿਊਨਲ ਰਿਮਾਰਕਸ ਪਾਸ ਕੀਤੇ ਸੀਗੇ ਘੁਸਪੈਠੀ ਨੂੰ ਲੈ ਕੇ, ਬੱਚੇ ਜਿਨ੍ਹਾਂ ਦੇ ਜ਼ਿਆਦਾ ਹੁੰਦੇ ਆ, ਮੰਗਲ ਸੂਤਰ ਐਕਸੈਟਰਾ, ਉਦੋਂ ਇੱਕ ਕੰਪਲੇਂਟ ਆਈ ਸੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ, 17,000 ਲੋਕਾਂ ਨੇ ਸਾਈਨ ਕੀਤਾ, ਇੱਕ ਆਈ ਸੀ 2200 ਲੋਕਾਂ ਨੇ ਸਾਈਨ ਕੀਤਾ, ਬਹੁਤ ਸਾਰੀਆਂ ਆਈਆਂ। ਹੁਣ ਤੱਕ ਤਾਂ ਐਕਸ਼ਨ ਹੋਇਆ ਨਹੀਂ, ਲੇਕਿਨ ਮੇਕ ਸ਼ੋਰ ਕਰਾਂਗੇ ਕਿ ਇਹਦੇ ਖਿਲਾਫ਼ ਐਕਸ਼ਨ ਹੋਵੇ ਆ ਇੰਸਟੈਂਸ ਦੇ ਖਿਲਾਫ਼, ਕਿਉਂਕਿ ਦੇਖੋ ਲੋਕ ਜਿਹੜੇ ਹੈ ਲੋਕ ਬਹੁਤ ਸਮਝਦਾਰ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮੈਰੀਟੇਸ਼ਨ ਹੈ ਇਹ ਸਿਰਫ ਔਰ ਸਿਰਫ ਬਿਫੋਰ ਇਲੈਕਸ਼ਨ ਹੁੰਦੀ ਹੈ, ਵੋਟਿੰਗ ਦੇ ਟਾਈਮ 'ਤੇ ਪਹਿਲਾਂ ਨਹੀਂ ਹੋ ਸਕਦੀ, ਬਾਅਦ 'ਚ ਨਹੀਂ ਹੋ ਸਕਦੀ, ਉਹਦਾ ਜਵਾਬ ਕੋਈ ਨਹੀਂ। ਪੈਟਰਨ ਜਿਹੜੇ ਮੈਂ ਸਵਾਲ ਪੁੱਛੇ ਸੀ ਉਹ ਛੱਡ ਦਿਓ ਇੱਕ ਵਾਰੀ, ਲੇਕਿਨ ਜਦੋਂ ਮੋਦੀ ਸਾਹਿਬ ਪੰਜਾਬ 'ਚ ਆਉਂਦੇ ਹੈ ਤਾਂ ਪੰਜਾਬ 'ਚ ਆਉਣ ਸਾਰ ਕਿਸਾਨਾਂ ਦੇ ਜ਼ਖਮਾਂ 'ਤੇ ਅਤੇ ਪੰਜਾਬੀਆਂ ਦੇ ਜ਼ਖਮਾਂ 'ਤੇ ਬੀਜੇਪੀ ਨੂਨ ਛਿੜਕਦੀ ਹੈ। ਮੈਂ ਦੱਸਦਾ ਕਿਵੇਂ, ਦੇਖੋ ਸ਼ੰਭੂ ਬਾਰਡਰ 'ਤੇ ਨਾ ਉਹ ਦਿਨ 100 ਦਿਨ ਪੂਰੇ ਹੋਏ ਸੀ, ਮੇਰੇ ਸਵਾਲ ਦਾ ਜਵਾਬ ਤਾਂ ਲੈ ਲਓ ਸਾਹਿਬ। ਨਾਰਾ ਸਾਹਿਬ ਉਹ ਕਹਿੰਦੇ ਪਏ, ਕਹਿੰਦੇ ਤੁਸੀਂ ਕੰਪਲੇਂਟ ਨਹੀਂ ਪਾਈ, ਕਹਿੰਦੇ ਇੱਥੇ ਆ ਕੇ ਬੋਲਦੇ ਪਏ ਕੱਲਾ। ਮੇਰਾ ਜਵਾਬ ਲੈ ਲਓ ਪੂਰਾ ਉਹਦੇ ਟਾਈਮ 'ਚ ਬੋਲੇ ਨਾਰਾ ਸਾਹਿਬ, ਜੋ ਸੁਝਾਵ ਉਹਨਾਂ ਨੂੰ ਦੇ ਰਹੇ ਸੀ ਨਾ ਮਲਹੋਤਰਾ ਸਾਹਿਬ ਨੂੰ, ਉਹ ਆਪ ਫੋਲੋ ਕਰੋ। ਉਹ ਕਹਿੰਦੇ ਨਾ ਪ੍ਰੈਕਟਿਸ ਵਾਟ ਯੂ ਪ੍ਰੀਚ, ਲੀਡ ਬਾਈ ਐਗਜ਼ਾਮਪਲ। ਹੁਣ ਮੇਰਾ ਜਵਾਬ ਸੁਣੋ, ਹੁਣ ਮੋਦੀ ਸਾਹਿਬ ਕੇ ਪੀ ਜੀ
ਉਦਨ ਆਏ ਪਟਿਆਲੇ ਪੰਜਾਬ ਦੇ ਵਿੱਚ ਜਦੋਂ 100 ਦਿਨ ਸ਼ੰਭੂ ਬਾਰਡਰ ਤੇ ਸਾਡੇ ਕਿਸਾਨ ਭਰਾਵਾਂ ਦੇ ਪੂਰੇ ਹੋਏ ਤੇ ਉਹਨਾਂ ਨੇ ਜਾਣ ਬੁੱਝ ਕੇ ਇਹ ਦਿਨ ਚੂਜ਼ ਕੀਤਾ ਜਾਣ ਬੁੱਝ ਕੇ ਤਾਂ ਕਿ ਕਿਸਾਨਾਂ ਦੇ ਜ਼ਖਮਾਂ ਤੇ ਨੂਨ ਛਿੜਕਿਆ ਜਾ ਸਕੇ, ਉਹਨਾਂ ਦੇ ਜ਼ਖਮ ਹਰੇ ਹੋਣ। ਮੈਨੂੰ 30 ਸੈਕਿੰਡ ਦੇ ਦਿਓ ਕਹਿਣ ਲਈ, ਜ਼ਖਮ ਉਹਨਾਂ ਦੇ ਹਰੇ ਫੇਰ ਹੋ ਸਕਣ। ਤੇ ਮੈਂ ਕਹੂੰਗਾ ਠੀਕ ਹੈ, ਤੁਸੀਂ ਇਲੈਕਸ਼ਨ ਤੋਂ ਪਹਿਲਾਂ ਆਉਣਾ ਸੀਗਾ, ਆ ਗਏ, ਕਦੇ ਸਾਡੇ ਕਿਸਾਨ ਭਰਾਵਾਂ ਲਈ ਵੀ ਟਾਈਮ ਕੱਢ ਦਿਓ। ਜੋ ਤੁਸੀਂ ਆਏ ਨਾ, ਮੋਦੀ ਸਾਹਿਬ ਆਏ ਤੇ ਲੋਕਾਂ ਨੇ ਪੁੱਛਿਆ ਪ੍ਰਿਤਪਾਲ ਦਾ ਕਦੇ ਪਤਾ ਲਿਆ ਤੁਹਾਡੀ ਲੀਡਰਸ਼ਿਪ ਨੇ ਮੋਦੀ ਸਾਹਿਬ, ਤੁਸੀਂ ਕਦੇ ਉਹਦਾ ਜ਼ਿਕਰ ਕੀਤਾ? ਸਿੱਧੂ ਮੂਸੇਵਾਲੇ ਦਾ ਜ਼ਿਕਰ ਕੀਤਾ? ਤੁਸੀਂ ਆਪਣਾ ਜਦੋਂ ਸਿੱਧੂ ਮੂਸੇਵਾਲੇ ਦਾ ਭਰਾ ਆਇਆ ਦੁਨੀਆ 'ਚ ਤੇ ਤੁਸੀਂ ਚਿੱਠੀਆਂ ਘੱਲ ਰਹੇ ਹੋ, ਨੋਟਿਸ ਘੱਲ ਰਹੇ ਹੋ ਉਹਦੇ ਪਰਿਵਾਰ ਨੂੰ। ਫਿਰ ਦੂਜੀ ਗੱਲ, ਸ਼ੁਭਕਰਨ ਦੀ ਸ਼ਹਾਦਤ ਯਾਦ ਆਈ, 300 ਸਾਡੇ ਕਿਸਾਨ ਭਰਾਵਾਂ ਨਾਲ ਜੋ ਹੋਇਆ ਉਹ ਯਾਦ ਆਇਆ ਮੋਦੀ ਸਾਹਿਬ ਦੇ ਆਉਣ ਨਾਲ। ਲੇਕਿਨ ਜ਼ਰੂਰੀ ਚੀਜ਼ ਤੁਸੀਂ ਦੇਖੋ, ਬੀਜੇਪੀ ਦੇ ਇਹਦਾ ਨੈਗੇਟਿਵ ਅਸਰ ਪਊਗਾ, ਨੈਗੇਟਿਵ ਇੰਪੈਕਟ ਹੋਊਗਾ। ਮੈਂ ਦੱਸਦਾ ਕਿਉਂ, ਕਿਪੀ ਮੈਂ ਦੱਸਦਾ ਕਿਉਂ, ਲਾਸਟ ਚੀਜ਼ ਹੀ ਹੈ, ਉਹ ਤਾਂ ਨੈਗੇਟਿਵ ਇੰਪੈਕਟ ਪਊਗਾ ਕਿਉਂਕਿ ਮੋਦੀ ਸਾਹਿਬ ਜਦੋਂ ਆਉਂਦੇ ਆ ਲੋਕਾਂ ਨੂੰ ਬੀਜੇਪੀ ਦਾ ਵਿਤਕਰਾ ਯਾਦ ਆ ਜਾਂਦਾ, ਮਤਰੇਈ ਵਾਲਾ ਸਲੂਕ ਯਾਦ ਆ ਜਾਂਦਾ। ਤੇ ਆਮ ਆਦਮੀ ਪਾਰਟੀ ਨੂੰ ਇੰਨਾ ਸਵਾਲ ਹੈ ਕਿ ਜਦੋਂ ਪਟਿਆਲੇ 'ਚ ਮੋਦੀ ਸਾਹਿਬ ਰੈਲੀ ਕਰ ਰਹੇ ਸੀਗੇ, ਕਿਸਾਨਾਂ ਨੇ ਪੋਲੋ ਗਰਾਊਂਡ ਦੇ ਨੇੜੇ ਵੈਨਿਊ ਮੰਗਿਆ ਸੀਗਾ ਧਰਨਾ ਪ੍ਰਦਰਸ਼ਨ ਕਰਨ ਲਈ ਪੀਸਫੁਲ, ਤੁਸੀਂ ਕਿਉਂ ਨਹੀਂ ਇਨਸ਼ੋਰ ਕੀਤਾ ਜੀ ਉਹਨਾਂ ਨੂੰ ਮਿਲੇ? ਉਹ ਹਾਮਲਤਾ ਸਾਹਿਬ ਬੋਲੋ ਸਰ। ਜਦੋਂ ਪ੍ਰਧਾਨ ਮੰਤਰੀ ਆਉਂਦਾ ਹੁੰਦਾ ਤਾਂ ਸੈਂਟਰਲ ਫੋਰਸਿਸ ਦਾ ਵਿੱਚ ਇਨਵੋਲਵਮੈਂਟ ਹੁੰਦੀ ਹੈ, ਸੈਂਟਰਲ ਏਜੰਸੀਜ਼ ਦੀ ਇਨਵੋਲਵਮੈਂਟ ਹੁੰਦੀ ਹੈ, ਉਸ ਕਰਕੇ ਸਾਰੇ ਫੈਸਲੇ ਜਿਸ ਤਰ੍ਹਾਂ ਲਿੱਤੇ ਗਏ ਉਹ ਲਿੱਤੇ ਗਏ। ਮੈਂ 3 ਸਵਾਲ ਭਾਜਪਾ ਨੂੰ ਪੁੱਛਣਾ ਚਾਹੁੰਦਾ ਜੀ ਕਿ ਪਟਿਆਲੇ ਜਦੋਂ ਪ੍ਰਧਾਨ ਮੰਤਰੀ ਦੀ ਰੈਲੀ ਸੀ, ਇਹ ਯੂਪੀ ਹਰਿਆਣਾ ਤੇ ਹਿਮਾਚਲ ਤੋਂ ਲੇਬਰ ਨੂੰ ਬੱਸਾਂ 'ਚ ਭਰ ਕੇ ਲਿਆਏ ਸੀ ਤੇ ਅਖੀਰ ਬਾਅਦ ਵਿੱਚ ਅਸੀਂ ਦੇਖਿਆ ਕਿ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੇ ਸੀ, ਇਹਨਾਂ ਨੇ ਗਰੀਬਾਂ ਦੇ ਪੈਸੇ ਨਹੀਂ ਦਿੱਤੇ, ਉਹਨਾਂ ਨੂੰ ਲੈ ਤਾਂ ਆਏ ਦਿਹਾੜੀ ਤੋੜ ਕੇ, ਉਹਨਾਂ ਦੇ ਪੈਸੇ ਨਹੀਂ ਦਿੱਤੇ, ਕਿਉਂ ਨਹੀਂ ਦਿੱਤੇ? ਦੂਜਾ, ਪੰਜਾਬ ਦੇ ਜਿਹੜੇ ਹੱਕ ਭਾਜਪਾ ਨੇ ਮਾਰੇ ਹੋਏ ਆ, 12,000 ਕਰੋੜ ਰੁਪਇਆ ਰੋਕਿਆ ਹੋਇਆ, ਕੋਈ ਗ੍ਰਾਂਟ ਨਹੀਂ ਦੇ ਰਹੀ, ਔਰ ਬਾਕੀ ਜਿਹੜੇ ਪੰਜਾਬ ਦੇ ਚੰਡੀਗੜ੍ਹ ਦਾ ਸਰ, ਉਹ 4 ਜੂਨ ਤੋਂ ਬਾਅਦ ਮਿਲ ਲਗੇ ਨਾ ਮੋਤਰਾ ਸਾਹਿਬ, ਹੁਣ 4 ਜੂਨ ਤੋਂ ਪਹਿਲਾਂ ਕੋਈ ਰਿਲੀਜ਼ ਕਰ ਦੂਗਾ ਸਰ? ਤੀਜਾ ਸਵਾਲ, ਇੱਕ ਮਿੰਟ ਸਰ, ਤੀਜਾ ਸਵਾਲ ਇਹ ਹੈ ਕਿ ਜੇ ਪ੍ਰਧਾਨ ਮੰਤਰੀ ਵਾਕਈ ਧਿਆਨ 'ਚ ਇੰਟਰਸਟਿਡ ਹੈ ਤਾਂ ਉਹਨਾਂ 'ਚ ਉਹਨਾਂ ਦੇ ਕਮਰੇ ਵਿੱਚ ਕੈਮਰੇ ਤੇ ਮੀਡੀਆ ਵਾਲੇ ਕੀ ਕਰ ਰਹੇ ਹੈ? ਅੱਛਾ, ਜਿਹੜਾ ਬੀਜੇਪੀ ਨੇ ਸਵਾਲ ਕੀਤਾ ਉਹਦਾ ਜਵਾਬ ਦੇਣਾ ਚਾਹੁੰਦੇ ਤੁਸੀਂ? ਉਹ ਕਹਿੰਦੇ ਤੁਹਾਡੇ ਲੀਡਰ ਵਾਇਲੇਸ਼ਨ ਕਰਦੇ ਪਏ ਆ। ਸਾਡੇ ਲੀਡਰ ਠੀਕ ਹੈ ਜੀ, ਇਲੈਕਸ਼ਨ ਕਮਿਸ਼ਨ ਹੈਗਾ, ਉਹ ਕਰੇਗਾ ਕਾਰਵਾਈ। ਚਲੋ, ਇਲੈਕਸ਼ਨ ਕਮਿਸ਼ਨ ਹੈ, ਜੋ ਸੱਚਾਈ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਜੋ ਦੇਖੋ ਸਵਾਤੀ ਮਾਲੀਵਾਲ ਦਾ ਕੇਸ ਹੋਇਆ, ਕੇਜਰੀਵਾਲ ਦੇ ਮਾਤਾ ਪਿਤਾ ਨੂੰ ਲੈ ਕੇ ਇਨਕੁਆਇਰੀ ਕਰਨ ਲੱਗ ਗਏ, ਪਰ ਉਹ ਰਵਾਨਾ ਦਾ ਕੇਸ ਹੋਇਆ ਇੱਕ ਸ਼ਬਦ ਨਹੀਂ ਬੋਲੇ, ਮਨੀਪੁਰ ਦਾ ਕੇਸ ਹੋਇਆ ਇੱਕ ਸ਼ਬਦ ਨਹੀਂ ਬੋਲੇ, ਉਨਾਓ ਹਾਥਰਸ ਵਿੱਚ ਹੋਇਆ ਇੱਕ ਸ਼ਬਦ ਨਹੀਂ ਬੋਲੇ, ਸਾਡੀਆਂ ਪਹਿਲਵਾਨ ਧੀਆਂ ਨਾਲ ਕੀ ਕੁਛ ਹੋਇਆ ਇੱਕ ਸ਼ਬਦ ਨਹੀਂ ਬੋਲੇ, ਤੇ ਸਵਾਤੀ ਮਾਲੀਵਾਲ ਪਿੱਛੇ ਉਹਦੇ ਮਾਂ ਪਿਓ ਨੂੰ ਇਨਕੁਆਇਰੀ ਲਈ ਬੁਲਾ ਲਿਆ ਇਹਨਾਂ ਨੇ। ਡਰ ਤਾਂ ਹੈ ਹੀ ਹੈ, ਇਹ ਜ਼ਾਲਮ ਲੋਕ ਹੈ, ਇਹ ਕ੍ਰਿਮੀਨਲ ਲੋਕ ਹੈ, ਇਹ ਕੁਛ ਵੀ ਕਰ ਸਕਦੇ ਹੈ, ਇਹਨਾਂ ਨੂੰ ਦੇਸ਼ ਚੋਂ ਯਾਨੀ ਕਿ ਦੇਸ਼ ਨੂੰ ਇਹਨਾਂ ਤੋਂ ਛੁਟਕਾਰਾ ਦਵਾਉਣਾ ਬਹੁਤ ਜ਼ਰੂਰੀ ਹੈ। ਚਲੋ, ਹਾਂ ਸ਼ਮਿੰਦਰ ਜੀ ਬੋਲੋ ਜੀ। ਕੇਪੀ ਜੀ, ਵੈਸੇ ਤਾਂ ਦੇਖੋ ਮੈਂ ਇਸ ਟੌਪਿਕ ਤੇ ਗੱਲ ਕਰਨਾ ਨਹੀਂ ਚਾਹੁੰਦੀ ਸੀ, ਪਰ ਮਲਹੋਤਰਾ ਜੀ ਨੇ ਹੁਣ ਸਵਾਤੀ ਮਾਲੀਵਾਲ ਦਾ ਕੇਸ ਛੇੜਿਆ ਹੈ, ਤਾਂ ਇਹਨਾਂ ਨੂੰ ਮੈਂ ਦੇਖੋ ਬਹੁਤ ਹੀ ਬੇਸ਼ਰਮੀ ਵਾਲੇ ਇਹਨਾਂ ਦੇ ਬਿਆਨ ਆਉਂਦੇ ਨੇ ਕਿ ਆਪਣੀ ਹੀ ਪਾਰਟੀ ਦੀ ਦੇਖੋ ਇੱਕ ਲੀਡਰ ਇੱਕ ਐਮ ਪੀ ਹੋਵੇ ਰਾਜ ਸਭਾ ਦੀ, ਤੇ ਉਹਦੇ ਨਾਲ ਕੀ ਉਹਦੇ ਨਾਲ ਹਾਲ ਕੀਤਾ। ਇਹਨਾਂ ਨੂੰ ਇਹ ਨਹੀਂ ਚੇਤਾ ਆ ਰਿਹਾ ਕਿ ਉਸਨੂੰ ਤੁਸੀਂ ਕਿਵੇਂ ਕੁੱਟਿਆ, ਉਹਨੂੰ ਤਸ਼ੱਦਦ ਦਿੱਤੀ ਹੈ। ਤੁਹਾਨੂੰ ਇਹ ਯਾਦ ਆ ਰਿਹਾ ਕਿ ਜਿਹਦੇ ਘਰੇ ਇੰਨਾ ਅਪਰਾਧ ਹੋਇਆ, ਇੱਕ ਔਰਤ ਤੇ ਹੱਥ ਉਠਾਇਆ ਗਿਆ, ਕੇਜਰੀਵਾਲ ਜਿਹੜੇ ਕਿ ਵਿਕਟਮ ਦੇ, ਸਵਾਤੀ ਮਾਲੀਵਾਲ ਮੈਂ ਤੁਹਾਨੂੰ ਦੱਸਦਾ ਵਿਕਟਮ ਹੈ, ਤੇ ਕੇਜਰੀਵਾਲ ਤੇ ਉਹਨਾਂ ਦੇ ਸਹਿਯੋਗੀਆਂ ਦੇ ਉੱਤੇ ਇਲਜ਼ਾਮ ਲੱਗੇ, ਕੇਜਰੀਵਾਲ ਦੇ ਘਰੇ ਉਹਨਾਂ ਦੇ ਸ਼ੀਸ਼ ਮਹਿਲ 'ਚ ਇਹ ਅਪਰਾਧ ਹੋਇਆ, ਤੇ ਇਹ ਉਹਨਾਂ ਦੀ ਸਾਈਡ ਲੈ ਰਹੇ ਨੇ। ਇਹ ਦੇਖੋ ਬਹੁਤ ਹੀ ਅਨੈਤਿਕ ਗੱਲ ਹੈ ਜਿਹੜੀ ਇੱਥੇ ਕਰ ਰਹੇ ਨੇ।
ਤੇ ਦੂਜੀ ਗੱਲ ਖਡਿਆਲ ਸਾਹਿਬ ਗੱਲ ਕਰ ਰਹੇ ਸੀ ਕਿ ਮੋਦੀ ਜੀ ਦੇ ਆਉਣ ਨਾਲ ਸਾਡੇ ਜ਼ਖਮ ਹਰੇ ਹੋ ਜਾਂਦੇ, ਬਿਲਕੁਲ ਹੋ ਜਾਂਦੇ ਆ ਜੀ ਸਾਡੇ ਜ਼ਖਮ ਹਰੇ, ਪਰ ਉੱਥੇ ਹੀ ਜਦੋਂ ਰਾਹੁਲ ਗਾਂਧੀ ਪਟਿਆਲੇ ਆਏ ਨੇ ਉਦੋਂ ਵੀ ਸਾਡੇ ਜ਼ਖਮ ਹਰੇ ਹੁੰਦੇ ਨੇ, ਕਿਉਂਕਿ 1984 ਦੇ ਦਰਬਾਰ ਸਾਹਿਬ ਦੇ ਅਟੈਕ ਦੇ ਉੱਤੇ ਹੋਏ ਅਟੈਕ ਤੇ ਇੱਕ ਵਾਰ ਵੀ ਗਾਂਧੀ ਪਰਿਵਾਰ ਨੇ ਮਾਫ਼ੀ ਮੰਗੀ, ਕਿਉਂ ਨੀ ਮੰਗੀ? ਤੇ ਦੇਖੋ ਅਸੀਂ ਗੱਲ ਇੱਥੇ ਪੰਜਾਬ ਦੀ ਕਰ ਰਹੇ ਸੀ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਹੇ, ਜਿੱਥੇ ਸ਼੍ਰੋਮਣੀ ਅਕਾਲੀ ਦਲ ਇਹ ਇਲੈਕਸ਼ਨ ਨੂੰ ਪੰਜਾਬ ਦੇ ਮੁੱਦਿਆਂ ਤੇ ਲੜਨਾ ਚਾਹੁੰਦਾ, ਉੱਥੇ ਇਹਨਾਂ ਤਿੰਨਾਂ ਪਾਰਟੀਆਂ ਨੇ ਮੋਦੀ ਵਰਸਸ ਮੋਦੀ ਇਲੈਕਸ਼ਨ ਬਣਾ ਦਿੱਤਾ। ਦੇਖੋ ਅੱਜ ਪ੍ਰਧਾਨ ਮੰਤਰੀ ਜੇ ਪਟਿਆਲੇ ਪੰਜਾਬ ਦੇ ਵਿੱਚ ਆਉਂਦੇ ਨੇ ਠੀਕ, ਤਾਂ ਉਹ ਇੱਥੇ ਇੱਕ ਜਵਾਬਦੇਹੀ ਦੇ ਤੌਰ ਤੇ ਆਉਂਦੇ ਨੇ। ਪਹਿਲੀ ਵਾਰ ਤੁਸੀਂ ਦੇਖਿਆ ਹੋਣਾ ਕਿ ਪ੍ਰਧਾਨ ਮੰਤਰੀ ਸਾਹਿਬ ਡਿਫੈਂਸਿਵ ਨਜ਼ਰ ਆ ਰਹੇ ਨੇ, ਕਿਉਂਕਿ ਪੰਜਾਬ ਉਹਨਾਂ ਨੂੰ ਸਵਾਲ ਪੁੱਛ ਰਿਹਾ ਕਿਸਾਨੀ ਦੇ ਮੁੱਦੇ ਤੇ, ਸਵਾਲ ਪੁੱਛ ਰਿਹਾ MSP ਦੇ ਉੱਤੇ ਕੀਤੇ ਵਾਅਦੇ ਦੇ ਉੱਤੇ, ਸਵਾਲ ਪੁੱਛ ਰਿਹਾ ਹਰਿਆਣਾ ਪੁਲਿਸ ਦੇ ਨੇ ਕਿਸਾਨਾਂ ਦੇ ਕੀਤੇ ਜ਼ੁਲਮ ਦੇ ਉੱਤੇ, ਸਵਾਲ ਪੁੱਛ ਰਿਹਾ ਸ਼ੁਭਕਰਨ ਦਾ ਕਾਤਲ ਕੌਣ ਹੈ, ਸਵਾਲ ਪੁੱਛ ਰਿਹਾ ਆਪਣੇ ਪਾਣੀਆਂ ਦੇ ਉੱਤੇ। ਪਰ ਇਹ ਦੋਨੋਂ ਪਾਰਟੀ ਜੋ ਅੰਦਰ ਖਾਤੇ ਬਹੁਤ ਮਿਲੀਆਂ ਹੋਈਆਂ, ਕਾਂਗਰਸ ਤੇ ਆਮ ਆਦਮੀ ਪਾਰਟੀ, ਇਹਨਾਂ ਦੀ ਹੁਣ ਤਾਂ ਮਨਸ਼ਾ ਵੀ ਕਲੀਅਰ ਹੋ ਗਈ ਹੈ, ਇਹਨਾਂ ਨੇ ਇਲੈਕਸ਼ਨ ਜਿਹੜਾ ਪੰਜਾਬ ਦੇ ਮੁੱਦਿਆਂ ਤੋਂ ਹਟਾ ਕੇ ਬਹੁਤ ਵੱਡੀ ਰਾਜਨੀਤਿਕ ਮੂਰਖਤਾ ਕਰ ਰਹੇ ਨੇ। ਇੱਕ ਸਵਾਲ ਜੀ। ਹਾਂ ਹਾਂ ਮਲਤਰ ਸਾਹਿਬ ਬੋਲੋ। ਮੈਂ ਤਾਂ ਆਪਣੀ ਭੈਣ ਨੂੰ ਸਿਰਫ ਇੱਕ ਸਵਾਲ ਕਰਨਾ ਚਾਹੁੰਦਾ ਹਾਂ ਕਿ ਰਵੰਨਾ, ਮਣੀਪੁਰ, ਉਨਾਓ, ਹਾਥਰਸ ਤੇ ਪਹਿਲਵਾਨ ਧੀਆਂ ਨਾਲ ਜੋ ਕੁਝ ਹੋਇਆ ਪਲੀਜ਼ ਉਸਤੇ ਇੱਕ ਸ਼ਬਦ ਬੋਲ ਦਿਓ। ਬਿਲਕੁਲ, ਮੈਂ ਉਹਦੀ ਬਹੁਤ ਨਿੰਦਾ ਕਰਦੀ ਹਾਂ, ਅਸੀਂ ਉਸਦੇ ਖਿਲਾਫ਼ ਸੀ, ਸਾਡਾ ਇੱਕ ਵਫ਼ਦ ਵੀ ਗਿਆ ਸੀ ਮਣੀਪੁਰ 'ਚ ਜੇ ਤੁਹਾਨੂੰ ਯਾਦ ਹੋਵੇ ਉਸਦੇ ਖਿਲਾਫ਼। ਤੁਸੀਂ ਪਲੀਜ਼ ਸਾਨੂੰ ਅਕਾਲੀ ਦਲ ਨੂੰ ਹੁਣ ਬੋਲ ਰਹੇ ਹੋ, ਕਿਉਂ ਨਹੀਂ ਬੋਲੇ? ਅੱਜ ਤੱਕ ਤੁਸੀਂ ਕਦੇ ਨਹੀਂ ਬੋਲੇ, ਹੁਣ ਬੋਲ ਰਹੇ ਹੋ। ਕਿਸੇ ਨੂੰ ਪੁੱਛ ਲਓ ਕਿ ਮਣੀਪੁਰ ਇਹਨਾਂ ਦਾ ਵਫ਼ਦ ਗਿਆ ਸੀ ਮਲਹੋਤਰਾ ਸਾਹਿਬ, ਮੈਂ ਫੈਕਟਸ ਤੋਂ ਪਾਸੇ ਨਹੀਂ ਜਾਊਂਗਾ, ਬਿਲਕੁਲ ਵਫ਼ਦ ਗਿਆ ਸੀ। ਰਵੰਨਾ ਬਾਰੇ ਇਹਨਾਂ ਨੇ ਕੀ ਕਿਹਾ? 200 ਔਰਤਾਂ ਨਾਲ ਉਹਨੇ ਕੁਕਰਮ ਕੀਤਾ ਹੈ, ਰਵੰਨਾ ਬਾਰੇ ਮਤਲਬ ਇਹ ਆ ਵੀ ਤੁਸੀਂ ਸਵਾਤੀਵਾਦੀ ਵੱਲ ਨਾ ਕੁਝ ਵੀ ਕਰ ਸਕਦੇ ਹੋ। ਤੁਹਾਡੀ ਮੈਂ ਪਹਿਲਵਾਨ ਦੀ ਨਾਲ ਕੀ ਕੁਝ ਹੋਇਆ ਤੁਸੀਂ ਬੋਲਿਓ, ਜੋ ਤੁਹਾਡੇ ਰੋਟੀਆਂ ਨਾਲ ਕੀ ਕੁਝ ਹੋਇਆ ਤੁਸੀਂ ਬੋਲਿਓ, ਮੈਂ ਉਸ ਲੈਵਲ ਤੇ ਜਾਣਾ ਨਹੀਂ ਚਾਹੁੰਦਾ। ਮਾਲੀਵਾਲ ਜੀ ਦੀ ਤੁਸੀਂ ਗੱਲ ਕਰ ਰਹੇ ਹੋ ਬਿਨਾ ਅਪਾਇੰਟਮੈਂਟ, ਬਿਨਾ ਪਰਮਿਸ਼ਨ ਸੀਐਮ ਦੇ ਘਰ ਬੈਠ ਕੇ। ਇੱਕ ਬ੍ਰੇਕ ਲੈ ਲਓ, ਤੇ ਮੈਂ ਵਾਪਸ ਆ ਰਿਹਾ, ਤੁਹਾਨੂੰ ਸਾਰਿਆਂ ਨੂੰ ਸੁਣਨਾ, ਮੈਂ ਘੱਟ ਬੋਲ ਰਿਹਾ, ਮੇਰਾ ਆਪਦੇ ਜੀ ਧਿਆਨ, ਵਾਪਸ ਆ ਰਿਹਾ। ਇੱਕ ਵਾਰ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੰਜਾਬ 'ਚ ਬਿਆਨ ਤੋਂ ਕੰਨਿਆਕੁਮਾਰੀ ਦੇ ਧਿਆਨ ਤੱਕ ਪ੍ਰਧਾਨ ਮੰਤਰੀ ਦੇ ਪੋਲੀਟਿਕਸ ਕਿਉਂ ਤੱਕ? ਨਾਰਾ ਸਾਹਿਬ ਮੈਂ ਇੱਕ ਮਿੰਟ ਚਾਹ ਰਿਹਾ, ਇੱਕ ਛੋਟਾ ਜਿਹਾ ਜਵਾਬ ਚਾਹੀਦਾ ਮਿਸਟਰ ਖਟਿਆਲ। ਮਿਸਟਰ ਖਟਿਆਲ, ਜਿਹੜੇ ਇਲੈਕਸ਼ਨ ਸੰਬੰਧੀ ਲਾਅ ਹੈ, ਕੀ ਉਹ ਪ੍ਰਧਾਨ ਮੰਤਰੀ ਦੇ ਇਸ ਮੈਡੀਟੇਸ਼ਨ ਨੂੰ ਰੋਕ ਸਕਦੇ ਆ ਜਾਂ ਨਹੀਂ? ਬਿਲਕੁਲ ਰੋਕ ਸਕਦੇ ਆ ਜੀ, 100% ਰੋਕ ਸਕਦੇ ਆ। ਕਿਵੇਂ, ਹਵਾਲਾ ਕਿਵੇਂ ਦਊਂਗੇ ਤੁਸੀਂ? ਹਵਾਲਾ ਇਸ ਚੀਜ਼ ਦਾ ਜੀ, ਇਟਸ ਅ 100% ਕਲੀਅਰ ਕੱਟ ਵਾਇਲੇਸ਼ਨ ਆਫ ਦਾ ਮਾਡਲ ਕੋਡ ਆਫ ਕੰਡਕਟ, ਗਾਈਡਲਾਈਨਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। Therefore, intervention ਹੋ ਸਕਦੀ ਹੈ। ਦੂਜੀ ਗੱਲ ਸੁਣੋ ਜੀ, ਇੱਕ ਮਿੰਟ ਆ ਰਹੇ ਨਾਲ ਸਭ। ਹੁਣ ਜਿਹੜੀ ਗੱਲ ਹੈਗੀ ਹੈ ਭਾਰਤੀ ਜਨਤਾ ਪਾਰਟੀ ਦੀ, ਕਹਿਣਗੇ ਜੀ 400 ਪਾਰ, ਇਹ ਗੱਲ ਕਰਦੇ ਪੈਟਰੋਲ ਦੇ ਭਾਅ ਦੀ। ਜਦੋਂ ਮੋਦੀ ਸਾਹਿਬ ਪੰਜਾਬ ਸੀਗੇ ਨਾ, ਕਹਿੰਦੇ ਮੈਂ ਰਿਜ਼ਰਵੇਸ਼ਨ ਨੂੰ ਪ੍ਰੋਟੈਕਟ ਕਰੂੰਗਾ। ਹੁਣ ਜੇ ਰਿਜ਼ਰਵੇਸ਼ਨ ਨੂੰ ਪ੍ਰੋਟੈਕਟ ਕਰੋਗੇ ਤਾਂ 10 ਸਾਲਾਂ 'ਚ ਕਾਸਟ ਸੈਂਸਸ ਕਿਉਂ ਨਹੀਂ ਹੋਇਆ? ਦੂਜਾ ਸਵਾਲ, ਜਿਹੜੇ RSS ਦੇ ਮੋਹਨ ਭਗਵਤ ਸਾਹਿਬ ਨੇ, ਉਹਨਾਂ ਨੇ ਕਿਉਂ ਕਿਹਾ ਰਿਜ਼ਰਵੇਸ਼ਨ ਰੀਕਨਸਿਡਰ ਹੋਣੀ ਚਾਹੀਦੀ ਹੈ? RSS ਦੇ ਜਿਹੜੇ ਪਬਲਿਸਿਟੀ ਚੀਫ ਨੇ ਮਨਮੋਹਨ ਵੈਦਿਆ ਸਾਹਿਬ, ਉਹਨਾਂ ਨੇ ਕਿਉਂ ਕਿਹਾ ਰਿਜ਼ਰਵੇਸ਼ਨ ਅਗੇਂਸਟ ਇਕੁਆਲਿਟੀ ਹੈ? ਜਿਹੜੇ RSS ਦੇ ਗਲਵਲਕਰ ਜੀ ਸੀਗੇ, ਉਹਨਾਂ ਨੇ ਕਿਉਂ ਵਿਚਾਰਾ ਤਾਂ ਆਪਦੀ ਕਿਤਾਬ ਦੇ ਵਿੱਚ ਲਿਖਿਆ ਵੀ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ? ਕਿਉਂ UGC ਨੇ ਮੋਦੀ ਸਰਕਾਰ ਦੇ ਅੰਡਰ
ਕਿਹਾ ਕਿ ਜਿਹੜੀ ਰਿਜ਼ਰਵਡ ਸੀਟਸ ਹੈਗੀਆਂ ਐਸ ਸੀ ਐਸ ਟੀ ਓ ਬੀ ਸੀਜ਼ ਲਈ ਉਹ ਅਨਰਿਜ਼ਰਵ ਹੋ ਜਾਣੀਆਂ ਚਾਹੀਦੀਆਂ, ਕਿਉਂ ਭਾਰਤੀ ਜਨਤਾ ਪਾਰਟੀ ਇਹ ਮੁੱਦਿਆਂ ਤੋਂ ਭੱਜਦੀ ਹੈ ਅਤੇ 400 ਪਾਰ ਮੈਂ ਦੱਸਦਾ ਕਿਉਂ ਕਹਿੰਦੇ ਹੈ, ਕਿਉਂ ਇਹਨਾਂ ਨੇ ਸੋਚ ਇਹ ਸੋਚ ਅਪਣਾਈ ਤਾਂ ਕਿ ਸਾਡਾ ਸੰਵਿਧਾਨ ਖਤਮ ਕਰ ਸਕਣ। ਸਾਡਾ ਸੀ ਆਰ ਪੀ ਸੀ ਇੱਕ ਲਾਈਨ ਹੀ ਹੈ, ਸਾਡਾ ਸੀ ਆਰ ਪੀ ਸੀ ਬਦਲਤਾ, ਸਾਡਾ ਆਈ ਪੀ ਸੀ ਬਦਲਤਾ, ਸਾਡਾ ਐਵੀਡੈਂਸ ਐਕਟ ਬਦਲਤਾ। ਅਤੇ ਮੈਂ ਇਹ ਵੀ ਗਾਰੰਟੀ ਕਰਦਾ ਇੱਥੇ ਨਾਰੰਗ ਸਾਹਿਬ ਬੈਠੇ ਹੈ, ਇਹਨਾਂ ਦੀ ਵੀ ਜਿਹੜੀ ਘਰੇ ਆਫਿਸ ਲਾਇਬ੍ਰੇਰੀ ਹੋਊਗੀ ਉਹ ਵੀ ਜ਼ੀਰੋ ਕਰਤੀ, ਜਿਹੜੀ ਸਾਰੇ ਵਕੀਲਾਂ ਦੀ ਮਿਹਨਤ ਸੀਗੀ, ਪੜ੍ਹਾਈ ਸੀਗੀ, ਜੱਜਾਂ ਦੀ ਪੜ੍ਹਾਈ ਸੀਗੀ, ਉਹ ਵੀ ਜ਼ੀਰੋ ਕਰਤੀ। ਕਿਸੇ ਨੂੰ ਪੁੱਛਦੇ ਨਹੀਂ, ਕਰਦੇ ਨਹੀਂ, ਸਿੱਧਾ ਲਿਆ ਕੇ ਚੀਜ਼ ਥੋਪ ਦਿੰਦੇ ਆ, ਜਵਾਬ ਦੇਸ਼ ਦਊਗਾ। ਨਾਰਾ ਸਾਹਿਬ ਇੱਕ ਚੀਜ਼ ਦਾ ਜਵਾਬ ਜ਼ਰੂਰ ਸਾਰੇ ਜਾਣਨਾ ਚਾਹੁੰਦੇ ਆ ਸਰ, ਕੈਮਰੇ ਲਾ ਕੇ ਸਰ ਇਹ ਸਾਧਨਾ ਨੂੰ ਪ੍ਰਚਾਰਿਤ ਕਿਉਂ ਕੀਤਾ ਜਾ ਰਿਹਾ? ਨਾਰਾ ਸਾਹਿਬ ਦੇਖੋ, ਕੇ ਪੀ ਜੀ ਇਸ ਤਰ੍ਹਾਂ ਹੈ ਕਿ ਜੇ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਅੱਛਾ ਕੰਮ ਕਰ ਰਿਹਾ ਤਾਂ ਉਹਨੂੰ ਦਿਖਾਉਣ ਦੇ ਵਿੱਚ ਕੀ ਦਿੱਕਤ ਆ? ਇੱਥੇ ਇੱਕ ਠੱਗ ਆਦਮੀ ਉਹ ਕੈਮਰਾ ਲਾ ਕੇ ਰਿਕਾਰਡਿੰਗ ਕਰਕੇ ਵਿਕਟਿਮ ਕਾਰਡ ਖੇਲ ਰਿਹਾ, ਜੇ 20 ਦਿਨ ਦੀ ਜ਼ਮਾਨਤ ਮਿਲੀ ਸੀ ਤਾਂ ਉਹਨਾਂ ਨੂੰ ਰੋਣਾ ਆ ਗਿਆ ਕਿ ਮੈਨੂੰ ਜੇਲ੍ਹ ਜਾਣ ਲਈ, ਕਦੀ ਉਹ ਮੂੰਹ ਹੋਰ ਤਰ੍ਹਾਂ ਦਾ ਕਰ ਲੈਂਦਾ, ਕਦੀ ਬੁੜੇ ਮਾਂ ਬਾਪ। ਇੱਕ ਸਵਾਲ ਤੁਸੀਂ ਲਗਾਤਾਰ ਚੁੱਕਦੇ ਹੋ, ਜਦੋਂ ਇਹ ਵਿਭਾਸ਼ਣਾ ਕਰਦੇ ਆ ਜਾਂ ਜਾਂਦੇ ਆ ਕਿਤੇ, ਇਹਨਾਂ ਨੂੰ ਵੀ ਕੈਮਰਾ ਲਾਉਣਾ ਚਾਹੀਦਾ ਉੱਥੇ? ਮਲਹੋਤਰਾ ਜੀ ਤੁਹਾਡੇ ਚੈਨਲ ਤੇ ਜਸਟੀਫਾਈ ਕਰਨ ਨੂੰ ਆ ਜਾਂਦੇ ਆ ਕਿ ਵੀ ਮਨੀਪੁਰ ਦੇ ਵਿੱਚ ਜੋ ਹੋਇਆ ਇਸ ਲਈ ਅਸੀਂ ਵੀ ਸਵਾਤੀ ਮਾਲੀਵਾਲ ਨਾਲ ਜੋ ਮਰਜ਼ੀ ਕਰ ਸਕਦੇ ਹਾਂ। ਆਪਾਂ ਕਹਿਣਾ ਤਾਂ ਇਹੀ ਚਾਹੁੰਦੇ ਹਾਂ ਨਾ ਕਿ ਦੇਖੋ ਜਨਾਬ, ਬਿਨਾਂ ਅਪਾਇੰਟਮੈਂਟ, ਬਿਨਾਂ ਪਰਮਿਸ਼ਨ ਅਗਲੀ ਸੀਐਮ ਦੇ ਘਰ ਜਾ ਕੇ ਨਾਰਾ ਸਾਹਿਬ ਨੂੰ ਸੁਣ ਲਿਆ ਆਪਾਂ, ਨਾ ਤਾਂ ਸੁਣ ਲਿਆ ਸਰ, ਤੁਹਾਡੀ ਵਾਰੀ ਆਊਗੀ, ਤੁਸੀਂ ਬੋਲ ਲਿਓ। ਨਹੀਂ ਸੁਣਨੀ, ਨਹੀਂ ਤੁਹਾਡੇ ਪ੍ਰਧਾਨ ਮੰਤਰੀ ਦੇ ਘਰ ਚ ਬੋਲਦੇ ਫੇਰ ਕਰੋਗੇ? ਬੀਜੇਪੀ ਦੀ ਗੱਲ ਹੀ ਨਹੀਂ ਸੁਣਦੀ ਫੇ ਅਸੀਂ ਨਾ ਆਇਆ ਕਿ ਨਹੀਂ? ਨਹੀਂ ਬ੍ਰੋਤਾ, ਆਪਾਂ ਸੁਣ ਲਈਏ ਬੀਜੇਪੀ ਦੀ ਕਿਉਂ ਨਹੀਂ ਗੱਲ, ਬੀਜੇਪੀ ਦੀ ਗੱਲ ਪੂਰਾ ਦੇਸ਼ ਸੁਣਦਾ ਪਿਆ। ਨਾਰਾ ਸਾਹਿਬ, ਨਾਰਾ ਸਾਹਿਬ ਤੁਹਾਡੀ ਤਾਂ ਚਰਚਾ ਹੋ ਰਹੀ ਹੈ, ਨਾਰਾ ਸਾਹਿਬ ਸਾਰੇ ਕਿਤੇ ਹਜੇ ਕਰੇ, ਤੁਹਾਡੀ ਗੱਲ ਨਹੀਂ ਸੁਣੀ ਜਾ ਰਹੀ। ਇੱਕ ਮਲਹੋਤਰਾ ਸਾਹਿਬ ਸੁਣ ਲਈਏ ਸਰ, ਆਦਤ ਆ, ਆਦਤ ਆ ਵਿੱਚ ਦਖਲ ਦੇਣ ਦੀ, ਇਹ ਸਾਬਤ ਕਰਨਾ ਚਾਹੁੰਦੇ ਨੇ। ਜੇ ਭੈਣ ਜੀ ਨੇ ਸਵਾਲ ਪੁੱਛ ਲਿਆ, ਉਹ ਕਹਿੰਦੇ ਜੀ ਮਨੀਪੁਰ ਚ ਹੋਇਆ ਸੀ ਤਾਂ ਮਤਲਬ ਤੁਹਾਡੇ ਕੋਲ ਹੱਕ ਵਾ ਵੀ ਕੇਜਰੀਵਾਲ ਨੂੰ ਡਾਇਰੈਕਸ਼ਨ ਦੇਵੇ ਤੇ ਬਾਹਰ ਆ ਕੇ ਉਹਦਾ ਕੀ ਉਹਦੇ ਨਾਲ। ਦੇਖੋ ਫਿਰ ਕੇਪੀ ਜੀ, ਮੈਂ ਡਿਬੇਟ ਛੱਡ ਦਿੰਦਾ ਜੇ ਦੇਈ ਇਹੀ ਸੁਣ ਲਈ ਸਰ, ਤੁਸੀਂ ਜਵਾਬ ਹੀ ਨਹੀਂ ਦੇਣ ਦੇਣਾ ਇਹਨਾਂ ਨੂੰ, ਪਲੀਜ਼ ਮਿਊਟ ਕਰ ਦਿਆ ਕਰੋ ਜਾਂ ਇਹਨਾਂ ਨੂੰ ਬੁਲਾਇਆ ਨਾ ਕਰੋ, ਕਿ ਕਿਸੇ ਨੂੰ ਬੋਲਣ ਨਹੀਂ ਦਿੰਦੇ। ਛੱਡ ਕਿਉਂ ਨੀ ਪਾ ਰਹੇ ਮਲਹੋਤਰਾ ਸਾਹਿਬ? ਕੜਤਾ ਨੂੰ ਛੱਡ ਕਿਉਂ ਨੀ ਪਾ ਰਹੇ ਸਰ? ਉਹ ਕਹਿੰਦੇ ਮੈਨੂੰ ਨੀ ਬੋਲਦੇ, ਤੁਸੀਂ ਕਹਿੰਦੇ ਮੈਨੂੰ ਨੀ ਬੋਲਦੇ ਸਰ, ਤੁਸੀਂ ਤਾਂ ਬੋਲ ਰਹੇ ਹੋ, ਹੋਰ ਬੋਲ ਕੌਣ ਰਿਹਾ? ਪਲੀਜ਼ ਪਲੀਜ਼ ਮਲਹੋਤਰਾ ਸਾਹਿਬ, ਪਲੀਜ਼ ਸਰ, ਪਲੀਜ਼ ਨਾਰਾ ਸਾਹਿਬ, ਨਾਰਾ ਸਾਹਿਬ ਇੱਕ ਚੀਜ਼ ਮੈਨੂੰ ਸਮਝਾਓ। ਨਾਰਾ ਸਾਹਿਬ ਆਵਾਜ਼ ਆ ਰਹੀ ਮੇਰੀ? ਨਾਰਾ ਸਾਹਿਬ ਪੀ ਸੀ ਆਰ, ਮੇਰੀ ਆਵਾਜ਼ ਆ ਰਹੀ ਹੈ ਗੈਸਟ ਤੱਕ? ਪਹਿਲਾਂ ਤਾਂ ਮੇਰੀ ਆਵਾਜ਼ ਗੈਸਟ ਤੱਕ ਨਹੀਂ ਪਹੁੰਚ ਪਾ ਰਹੀ। ਖੜਿਆਲ ਸਾਹਿਬ ਮੈਂ ਇੱਕ ਚੀਜ਼ ਜ਼ਰੂਰ ਜਾਣਨਾ ਚਾਹੁੰਦਾ, ਜਿਹੜਾ ਵਾਰ ਵਾਰ ਕੜੱਤਣ ਇੰਨੀ ਆ ਪੋਲੀਟਿਕਸ ਵਿੱਚ,
ਇਹ ਕੜੱਤਣ ਦੇ ਵਿਚਾਲੇ ਜੇ ਅਸੀਂ ਇਹ ਪ੍ਰਧਾਨ ਮੰਤਰੀ ਮੈਡੀਟੇਸ਼ਨ ਨਹੀਂ ਕਰਦੇ। ਹਾਂ ਨਾਰਾ ਸਾਹਿਬ ਤੇ ਕਰੈਕਸ਼ਨ ਤੁਹਾਡਾ ਲੂਜ਼ ਹੋ ਗਿਆ ਸੀ। ਮੈਂ ਸੌਰੀ, ਮੈਂ ਛੱਡ ਦਿੰਦਾ ਜੇ ਅਸੀਂ ਬੇਇੱਜ਼ਤੀ ਕਰਾਂ ਥੋੜੀ ਆ ਨਾ ਤੁਹਾਡੇ ਚੈਨਲ ਤੇ ਇਸ ਬੰਦੇ ਕੋਲੋਂ। ਤੁਸੀਂ ਇਹ ਦੱਸੋ ਇਲੈਕਟੋਰਲ ਬੋਰਡ ਦਾ ਪੈਸਾ ਆਪਾਂ ਡਿਬੇਟ ਰੱਖੀ ਸਰ ਪ੍ਰਧਾਨ ਮੰਤਰੀ ਦੇ ਧਿਆਨ ਤੇ, ਚਾਹੇ ਉਹ ਪੰਜਾਬ 'ਚ ਧਿਆਨ ਉਹਨਾਂ ਨੇ ਕਿਹੋ ਜਿਹਾ ਦਿੱਤਾ, ਚਾਹੇ ਉਹ ਕੰਨਿਆ ਕੁਮਾਰੀ 'ਚ। ਇੱਕ ਮਿੰਟ ਮਲੋਤਰ ਸਾਹਿਬ, ਸਰ ਸੁਣ ਤਾਂ ਲਓ, ਸਵਾਲ ਤਾਂ ਸੁਣ ਲਓ ਸਰ, ਸਵਾਲ ਵੀ ਸੁਣਨਾ ਨਹੀਂ ਚਾਹੁੰਦੇ ਮਲੋਤਰ ਸਾਹਿਬ? ਇੰਨਾ ਕੀ ਹੋ ਗਿਆ ਮਲੋਤਰ ਸਾਹਿਬ, ਸਵਾਲ ਤਾਂ ਸੁਣ ਲਓ ਨਾ। ਮੈਂ ਸਵਾਲ ਕਰ ਰਿਹਾ ਮਲੋਤਰ ਸਾਹਿਬ, ਉੱਥੇ ਇੱਕ ਮਿੰਟ ਸਰ ਸੁਣ ਲਓ, ਇੱਕ ਮਿੰਟ ਨਾਰਾ ਸਾਹਿਬ ਇੱਕ ਮਿੰਟ ਸਰ ਮਲੋਤਰ ਸਾਹਿਬ, ਕੋਟਾਂ ਖੁੱਲੀਆਂ ਸਰ, ਕਾਂਗਰਸ ਵੀ ਕੋਰਟ 'ਚ ਗਈ ਹੈ ਇਸ ਮਾਮਲੇ ਵਿੱਚ, ਤੁਹਾਡਾ ਵੀ ਕੋਰਟ ਵਿੱਚ ਕੇਸ ਚੱਲਦਾ ਪਿਆ ਮਲਹੋਤਰਾ ਸਾਹਿਬ, ਇੱਥੇ ਬਹਿ ਕੇ ਨਿਤਾਰਾ ਹੋ ਜੂ ਸਰ ਜਿਹੜੇ ਸਵਾਲ ਤੁਸੀਂ ਚੱਕਦੇ ਪਏ ਹੋ? ਇਲੈਕਟੋਰਲ ਬੋਰਡ ਦਾ ਜਵਾਬ ਦੇਣਾ ਪਊਗਾ, ਕਿਉਂ ਨਹੀਂ ਦੇਣਾ ਪਊ ਜਵਾਬ ਦੇਣਾ ਪਊਗਾ ਇਹਨਾਂ ਨੂੰ? ਇਹਨਾਂ ਨੇ ਦਬਾਇਆ ਪਿਆ ਕੋਰਟਾਂ ਨੂੰ, ਇਹਨਾਂ ਨੇ ਦਬਾਇਆ ਪਿਆ, ਬੰਦਾ ਜਾਏ ਤਾਂ ਜਾਏ ਕਿੱਥੇ? ਇਹ ਤਾਂ ਜਦੋਂ ਇੱਕ ਦਫਾ ਹੋਣਗੇ ਤਾਂ ਦੇਸ਼ ਨੂੰ ਉਤਸ਼ਾਹ ਆਊਗਾ ਕੁਝ, ਪਤਾ ਨਹੀਂ। ਆਪਾਂ ਇੰਨੇ ਗੁੱਸੇ 'ਚ ਕਿਉਂ ਮਲਹੋਤਰਾ ਸਾਹਿਬ, ਇੰਨੇ ਗੁੱਸੇ 'ਚ ਕਿਉਂ ਆਪਾਂ? ਯਾਰ ਸਾਰਾ ਦੇਸ਼ ਗੁੱਸੇ 'ਚ ਹੈ, ਦੇਸ਼ ਦਾ ਬੇੜਾ ਗਰਕ ਕਰਕੇ ਰੱਖਤਾ ਇਹਨਾਂ ਨੇ ਪਿਛਲੇ 10 ਸਾਲਾਂ 'ਚ। ਆਦਮੀ ਗੁੱਸੇ 'ਚ ਜਿਹੜਾ ਫੇਰ ਆਣਾ ਚਾਹੁੰਦੇ ਆ, ਜਵਾਬ ਦੇ ਦਿਓ ਕਿਰਪਾ ਕਰਕੇ, ਮੈਂ ਉਮੀਦ ਕਰਦਾ ਤੁਸੀਂ ਜਵਾਬ ਦੋਗੇ। ਇੱਕ ਮਿੰਟ ਮੈਂ ਤੁਹਾਡੇ ਤੋਂ ਆਖਰ ਤੇ ਜਵਾਬ ਲੈ ਲੂੰਗਾ ਨਾਰਾ ਸਾਹਿਬ, ਮੈਂ ਇੱਕ ਸਵਾਲ ਲੈ ਲਾਂ ਨਾਰਾ ਸਾਹਿਬ, ਮੈਂ ਬਾਅਦ ਚ ਮਿਸ ਹੋ ਜਾਊਗਾ ਨਾਰਾ ਸਾਹਿਬ। ਬਲੋਤਰਾ ਜੀ ਡਰਾਣਗੇ ਸਾਨੂੰ ਚੈਨਲ ਤੇ ਬੈਠ ਕੇ, ਤੁਸੀਂ ਸਾਨੂੰ ਡਰਾਉਂਦੇ ਨਾ, ਤੁਸੀਂ ਪਏ ਹੋ ਸਾਰੇ ਦੇਸ਼ ਨੂੰ, ਈਡੀ ਤੁਸੀਂ ਭੇਜ ਦਿੰਦੇ ਹੋ, ਸੀਬੀਆਈ ਤੁਸੀਂ ਭੇਜ ਦਿੰਦੇ ਹੋ, ਜੇਪੀ ਜੀ ਫਿਰ ਵੇ ਤਾਂ ਆਪਾਂ ਮੈਂ ਭੇਜ ਦਿੰਦੇ ਹੋ, ਤੁਸੀਂ ਤੁਹਾਡੀ ਇਹਨਾਂ ਨੂੰ ਸਾਰੇ ਦੇਸ਼ ਤਰਾ ਤਾਂ ਤੁਸੀਂ ਹੋਇਆ। ਮੈਂ ਸ਼ਮਿੰਦਰ ਕੌਰ ਸੰਧੂ ਨੂੰ ਸੁਣਨਾ ਚਾਹ ਰਿਹਾ ਸੀਗਾ, ਤੁਸੀਂ ਬੋਲ ਲੈਣ ਦਿਓ ਉਹਨਾਂ ਨੂੰ ਕਿਰਪਾ ਕਰਕੇ, ਆਪਾਂ ਸੁਣ ਲਈਏ। ਮੈਂ ਲਾਸਟ ਕਮੈਂਟ ਦਾਣਾ ਸਾਰਿਆਂ ਦਾ ਲੈ ਲੂਗਾ ਨਾਰਾ ਸਾਹਿਬ, ਤੁਹਾਡਾ ਵੀ ਕਮੈਂਟ ਲੈ ਲੂ ਨਾਰਾ ਸਾਹਿਬ, ਤੁਸੀਂ ਵੀ ਕਾਲੇ ਨਾ ਪਾਓ ਨਾ, ਤੁਸੀਂ ਵੀ ਕਾਲੇ ਨਾ ਪਾਓ, ਉਹਨਾਂ ਨੂੰ ਚੁੱਪ ਨਹੀਂ ਕਰਾ ਪਾ ਰਹੇ ਇੱਕ ਬੰਦਾ ਸਰ, ਮੈਂ ਤਾਂ ਕਿਸੇ ਨੂੰ ਚੁੱਪ ਨਹੀਂ ਕਰਾ ਪਾ ਰਿਹਾ ਨਾਰਾ ਸਾਹਿਬ, ਦਿੱਕਤ ਹੀ ਹੈ, ਮੈਂ ਕਿਸੇ ਨੂੰ ਚੁੱਪ ਨਹੀਂ ਕਰਾ ਪਾ ਰਿਹਾ, ਦਿੱਕਤ ਹੀ ਹੈ, ਕਿਉਂਕਿ ਮੈਂ ਚਾਹੁੰਦਾ ਸ਼ਮਿੰਦਰ ਕੌਰ ਸੰਧੂ ਮਹਿਲਾ ਨੂੰ ਇੱਕ ਬੋਲਣ ਦੀ ਹੈ, ਆਪਾਂ ਉਹ ਬੋਲਣ ਨਹੀਂ ਦੇ ਰਹੇ। ਸ਼ਮਿੰਦਰ ਜੀ ਬੋਲੋ ਆਪਣੀ ਗੱਲ ਰੱਖੋ, ਲਾਸਟ ਕਮੈਂਟ ਸ਼ਮਿੰਦਰ ਜੀ ਤੁਹਾਡਾ, ਇੱਕ ਮਿੰਟ ਮਲਹੋਤਰਾ ਸਾਹਿਬ ਰੁਕ ਜਾਓ, ਸਾਹਿਬ ਮਲਹੋਤਰਾ ਸਾਹਿਬ ਰੁਕ ਜਾਓ, ਪਹਿਲਾਂ ਤਾਂ ਪੋਲੀਟੀਕਲ ਪਾਰਟੀਆਂ ਵੈਸੇ ਹੀ ਫੀਮੇਲ ਸਪੋਕਸ ਪਰਸਨ ਨੂੰ ਭੇਜਦੀਆਂ ਨੀਗੀਆਂ, ਜੇ ਉਹਨਾਂ ਨੇ ਭੇਜਿਆ ਤੁਸੀਂ ਨਹੀਂ ਬੋਲਣ ਦੇ ਰਹੇ, ਸੁਣ ਲਈਏ ਆਪਾਂ ਮਾੜਾ ਜਿਹਾ, ਬੋਲੋ ਸ਼ਮਿੰਦਰ ਜੀ। ਇੱਕ ਮਿੰਟ ਮਲਹੋਤਰਾ ਸਾਹਿਬ ਸੁਣ ਲਈਏ, ਮਲਹੋਤਰਾ ਸਾਹਿਬ ਕਿਉਂ ਨਹੀਂ ਸੁਣ ਪਾ ਰਹੇ ਆਪਾਂ? ਮਲਹੋਤਰਾ ਸਾਹਿਬ ਤੁਸੀਂ ਇਕੱਲੇ ਡਿਬੇਟ ਚਲਾਓਗੇ? ਮਲਹੋਤਰਾ ਸਾਹਿਬ ਮਲਹੋਤਰਾ ਸਾਹਿਬ ਮੇਰੀ ਪੇਸ਼ੈਂਸ ਵੀ ਜਵਾਬ ਦੇ ਜੂਗਾ, ਮਲਹੋਤਰਾ ਸਾਹਿਬ ਮੇਰੀ ਪੇਸ਼ੈਂਸ ਵੀ ਜਵਾਬ ਦੇ ਜੂਗੀ, ਕਿਰਪਾ ਕਰੋ ਮਲਹੋਤਰਾ ਸਾਹਿਬ, ਕਿਰਪਾ ਕਰ ਲਓ ਮਲਹੋਤਰਾ ਸਾਹਿਬ, ਮਲਹੋਤਰਾ ਸਾਹਿਬ ਸੁਣ ਲਓ ਸਾਹਿਬ, ਮਲਹੋਤਰਾ ਸਾਹਿਬ ਮਲਹੋਤਰਾ ਸਾਹਿਬ ਤੁਸੀਂ ਡਿਕਟੇਟ ਨਹੀਂ ਕਰ ਸਕਦੇ ਸਾਨੂੰ, ਰੁਕ ਜਾਓ ਪਲੀਜ਼। ਹਾਂ ਸ਼ਮਿੰਦਰ ਜੀ ਬੋਲੋ।
ਜੀ ਕੇਪੀ ਜੀ, ਮੈਨੂੰ ਲੱਗਦਾ ਪ੍ਰਧਾਨ ਮੰਤਰੀ ਵਾਂਗੂ ਨਾ ਸਾਰਿਆਂ ਨੂੰ ਮੈਡੀਟੇਸ਼ਨ ਦੀ ਲੋੜ ਹੈ। ਆਮ ਆਦਮੀ ਪਾਰਟੀ ਨੂੰ ਵੀ ਕੋਈ ਨਾ ਕੋਈ ਮੈਡੀਟੇਸ਼ਨ ਦੇ ਕੈਂਪ ਲਾਣੇ ਚਾਹੀਦੇ ਨੇ ਜ਼ਰੂਰੀ। ਇੰਨਾ ਦੇਖੋ ਗੁੱਸਾ ਠੀਕ ਨਹੀਂ ਹੈਗਾ, ਅਸੀਂ ਆਪਣੀ ਗੱਲ ਰੱਖ ਰਹੇ ਹਾਂ। ਡਿਬੇਟ ਤਾਂ ਇੱਕ ਇੱਕ ਰਵਾਇਤ ਹੁੰਦੀ ਹੈ ਜੀ, ਉਹਨੂੰ ਫੋਲੋ ਕਰੋ। ਅਸੀਂ ਤੁਹਾਡੀ ਗੱਲ ਸੁਣਦੇ ਹਾਂ, ਤੁਸੀਂ ਸਭ ਦੀ ਗੱਲ ਸੁਣੋ। ਦੇਖੋ ਆਪਾਂ ਇੱਥੇ ਗੱਲ ਕਰ ਰਹੇ ਹਾਂ ਪ੍ਰਧਾਨ ਮੰਤਰੀ ਸਾਹਿਬ ਦਾ, ਜੋ ਵੀ ਕਰ ਰਹੇ ਨੇ, ਡਰਾਮਾ ਕਰ ਰਹੇ ਨੇ ਜਾਂ ਕੁਛ ਵੀ ਕਰ ਰਹੇ ਨੇ। ਦੇਖੋ ਇਹਦਾ ਜਿਹੜਾ ਇਹਦੀ ਕੰਪਲੇਂਟ ਜਿਵੇਂ ਕੀਤੀ ਗਈ ਹੈ, ਤਾਂ ਇਸ ਇਲੈਕਸ਼ਨ ਕਮਿਸ਼ਨ ਨੂੰ ਜ਼ਰੂਰ ਇਸ 'ਤੇ ਐਕਸ਼ਨ ਲੈਣਾ ਚਾਹੀਦਾ। ਕਈ ਗੱਲਾਂ 'ਚ ਦੇਖੋ ਇਲੈਕਸ਼ਨ ਕਮਿਸ਼ਨ ਨੇ ਭਾਜਪਾ ਦਾ ਪੱਖ ਜ਼ਰੂਰ ਪੂਰਿਆ, ਅਤੇ ਦੇਖੋ ਹੁਣ ਇਹਦਾ ਕੀ ਨਤੀਜਾ ਆਉਂਦਾ। ਬਾਕੀ ਦੇਖੋ ਜਿੱਥੇ ਤਿੰਨੇ ਪਾਰਟੀਆਂ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਬੀਜੇਪੀ, ਇਹ ਤਿੰਨੋਂ ਦੇਖੋ ਇਲੈਕਸ਼ਨ ਲੜ ਰਹੀਆਂ ਨੇ। ਇਹ ਕਹਿੰਦੇ ਜੀ ਬੀਜੇਪੀ ਕਹਿ ਰਹੀ ਹੈ ਮੋਦੀ ਕੋ ਦੁਬਾਰਾ ਲੈ ਕੇ ਆਏਂਗੇ, ਕਾਂਗਰਸ ਕਹਿ ਰਹੀ ਹੈ ਕਿ ਮੋਦੀ ਹਟਾਓ, ਅਤੇ ਉੱਥੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਮੋਦੀ ਹਟਾਓ ਔਰ ਕੇਜਰੀਵਾਲ ਕੋ ਜੇਲ੍ਹ ਜਾਣੇ ਬਚਾਓ, ਜੇਲ੍ਹ ਜਾਣ ਤੋਂ ਬਚਾਓ। ਬਟ ਦੇਖੋ ਇਹਨਾਂ ਨੇ ਕਿਤੇ ਨਾ ਕਿਤੇ ਪੰਜਾਬ ਦੇ ਮੁੱਦੇ ਦੀ ਕਿਸੇ ਨੇ ਗੱਲ ਨਹੀਂ ਕੀਤੀ ਕਿ ਇਸ ਵਕਤ ਸਾਡੀ ਕੀ ਲੋੜ ਹੈ। ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ, ਉਹਨੇ ਸ਼ਾਂਤ ਜਗ੍ਹਾ ਤੇ ਬਹਿ ਕੇ ਹੁੰਦਾ ਜਿੱਥੇ ਕੋਈ ਡਿਸਟਰਬੈਂਸ ਨਾ ਹੋਵੇ। ਕੈਮਰੇ ਔਰ ਮੀਡੀਆ ਦੇ ਗਲੇਅਰ ਵਿੱਚ ਧਿਆਨ ਨਹੀਂ ਹੁੰਦਾ, ਉਹ ਡਰਾਮਾ ਹੁੰਦਾ, ਢਕੋਸਲੇਬਾਜ਼ੀ ਹੁੰਦੀ ਹੈ। ਔਰ ਬਾਕੀ ਜਿੱਥੇ ਤੱਕ ਅਕਾਲੀ ਦਲ ਦਾ ਸਵਾਲ ਹੈ, ਇਹਨਾਂ ਨੂੰ ਆਪਣੇ ਹਿੱਸਿਆਂ ਤੇ ਮਾਫੀਆ ਤੋਂ ਫੁਰਸਤ ਮਿਲੇਗੀ ਤਾਂ ਤਾਂ ਪੰਜਾਬ ਲਈ ਕੰਮ ਕਰਨਗੇ। ਇੱਥੇ ਬਹਿ ਕੇ ਬੇਸ਼ੱਕ ਸਾਡੀ ਭੈਣ ਜੋ ਮਰਜ਼ੀ ਕਹਿੰਦੀ ਰਹੇ, ਪਰ ਇਹਨਾਂ ਦੇ ਤੁਹਾਡੀ ਸਰਕਾਰ ਹੈ, ਤੁਸੀਂ ਕਰੋ ਕਾਰਵਾਈ, ਤੁਹਾਡੀ ਸਰਕਾਰ ਹੈ, ਕਾਰਵਾਈ ਕਰੋ। ਤੁਸੀਂ ਹਲੇ ਵੀ ਐ ਠੀਕ 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 ਖੜਿਆਲ ਸਾਹਿਬ ਸ਼ਮਿੰਦਰ ਜੀ ਨੇ ਇੱਕ ਸਲਾਹ ਦਿੱਤੀ ਹੈ ਵੀ ਸਾਨੂੰ ਸਾਰਿਆਂ ਨੂੰ ਧਿਆਨ ਕਰਨਾ ਚਾਹੀਦਾ। ਦੇਖੋ ਗੱਲ ਇਸ ਤਰ੍ਹਾਂ ਹੈ, ਧਿਆਨ ਕਰਨਾ ਚਾਹੀਦਾ ਹੈ ਕਿਉਂਕਿ ਧਿਆਨ ਆਪਦੇ ਲਈ ਹੁੰਦਾ ਹੈ, ਦੂਜਿਆਂ ਲਈ, ਕੈਮਰੇ ਲਈ, ਮੀਡੀਆ ਲਈ, ਦਿਖਾਉਣ ਲਈ ਨਹੀਂ ਹੁੰਦਾ। ਸੋ ਆਫ ਕੈਮਰਾ ਕਰੋਗੇ, ਥੋੜਾ ਹੋ ਸਕਦਾ ਕੁਝ ਭਲਾ ਹੋ ਜੇ, ਜੇ ਇਹਨੂੰ ਫੋਰ ਥੀਏਟ੍ਰਿਕਸ ਕਰੋਗੇ, ਫੋਰ ਇਨਫਲੂਐਂਸਿੰਗ ਕਰੋਗੇ, ਨਾਲ ਤਾਂ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਕਰੋਗੇ, ਨਾਲੇ ਮੈਡੀਟੇਸ਼ਨ ਦੀ ਵਾਇਲੇਸ਼ਨ ਕਰੋਗੇ। ਇਸ ਤੋਂ ਪਹਿਲਾਂ ਵੀ ਇਜਾਜ਼ਤ ਮਿਲੀ ਹੋਈ ਉਹਨਾਂ ਨੂੰ ਕੀ, ਜਦੋਂ ਇਸ ਤੋਂ ਪਹਿਲਾਂ ਮੈਡੀਟੇਸ਼ਨ ਕੀਤੀ ਸੀ ਇਲੈਕਸ਼ਨ ਵੇਲੇ, ਉਦੋਂ ਵੀ ਇਜਾਜ਼ਤ ਮਿਲੀ ਹੋਈ ਸੀ। ਨਹੀਂ, ਇਜਾਜ਼ਤ ਕੌਣ ਦਿੰਦਾ? ਉਦੋਂ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਨਹੀਂ ਸੀ। ਐਤਕੀ ਇਜਾਜ਼ਤ ਮਿਲੀ ਹੈ? ਨਹੀਂ, ਐਤਕੀ ਤੁਹਾਨੂੰ ਲੱਗਦਾ ਕਿ ਕੋਰਟ ਵਿੱਚ ਤੁਸੀਂ ਇਹਨੂੰ ਸਾਬਤ ਕਰ ਦੋਗੇ ਇਸ ਚੀਜ਼ ਨੂੰ ਕੋਰਟ ਦੇ ਵਿੱਚ? ਹਾਂ, ਦੇਖੋ ਕੋਰਟ ਦੇ ਵਿੱਚ ਪਹਿਲੀ ਗੱਲ ਤਾਂ ਆਪਾਂ ਦੋ ਤਿੰਨ ਚੀਜ਼ਾਂ ਸਮਝ ਲਈਏ ਕਿ ਵੋਟ ਨੂੰ ਇੱਕ ਦਿਨ ਰਹਿ ਗਿਆ, ਇੱਕ ਦਿਨ ਵੀ ਨਹੀਂ, ਕੁਛ ਘੰਟੇ ਰਹਿ ਗਏ ਆ। ਕੀ ਤੁਹਾਨੂੰ ਲੱਗਦਾ ਕਿ ਇੰਨੇ ਸ਼ਾਰਟ ਸਪੈਨ ਆਫ ਟਾਈਮ ਦੇ ਵਿੱਚ ਇਮੀਡੀਏਟ ਇੰਟਰਵੈਂਸ਼ਨ ਹੋ ਸਕਦੀ ਹੈ? ਦੂਜੀ ਗੱਲ, ਇਹ ਡੋਮੇਨ ਕੋਰਟ ਦਾ ਨਹੀਂ ਹੈ, ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਹੈ। ਸੋ ਦਿਸ ਇਜ਼ ਵਨ ਅਸੈਪਟ। ਤੁਸੀਂ ਪਟੀਸ਼ਨ ਪਾਈ ਹੈ ਨਾ? ਮੈਂ ਤਾਂ ਸਵਾਲ ਕਰ ਰਿਹਾ। ਪਟੀਸ਼ਨ ਕਿਹੜੀ ਪਟੀਸ਼ਨ? ਤੁਹਾਡੀ ਪਾਰਟੀ ਪਟੀਸ਼ਨ ਨਹੀਂ ਪਾਈ? ਤੁਹਾਡੀ ਪਾਰਟੀ ਕਿਹੜੀ ਪਟੀਸ਼ਨ? ਇਸ ਮੁੱਦੇ ਤੇ ਪਟੀਸ਼ਨ ਨਹੀਂ ਪਾਈ? ਮਦਰਾਸ ਹਾਈ ਕੋਰਟ 'ਚ ਪਟੀਸ਼ਨ ਪਾਈ? ਦੱਸੋ ਕਿਹੜੀ ਪਟੀਸ਼ਨ ਪਾਈ ਹੋਈ ਹੈ? ਹਿੰਦੂ ਭਾਵਨਾ ਨੂੰ ਭੜਕਾਉਣ ਅਤੇ ਆਪਣੇ ਅਧਿਕਾਰੀ ਵਾਸਤੇ ਵੋਟ ਹਾਸਲ ਕਰਨ ਦੀ ਕੋਸ਼ਿਸ਼ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਪਾਈ ਹੈ ਜੀ? ਇਲੈਕਸ਼ਨ ਕਮਿਸ਼ਨ ਆਰ ਤੁਹਾਡੇ ਦਾ ਕੰਮ? ਦਿੱਲੀ, ਹਾਂ, ਡੈਲੀਗੇਸ਼ਨ ਸਾਡੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮਿਲ ਕੇ ਆਈ ਹੈ। ਕੋਰਟ ਦਾ ਨਹੀਂ ਮੈਂ ਜ਼ਿਕਰ ਕਰ ਰਿਹਾ, ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਕਰ ਰਿਹਾ। ਸੋ ਉੱਥੇ ਪਟੀਸ਼ਨ ਨਹੀਂ ਪਾਈ, ਉੱਥੇ ਕੰਪਲੇਂਟ ਅਸੀਂ ਦਰਜ ਕਰਾਈ ਹੈ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਦੂਜੀ ਗੱਲ, ਇਹਨਾਂ ਨੇ ਸਿੰਪਲ ਚੀਜ਼ ਦੱਸਣੀ ਸੀਗੀ ਕਿ ਕਿਉਂ ਆਫ ਕੈਮਰਾ ਨਹੀਂ ਹੋ ਸਕਦੀ, ਕਿਉਂ ਵੋਟਿੰਗ ਤੋਂ ਬਾਅਦ ਨਹੀਂ ਮੈਡੀਟੇਸ਼ਨ ਹੋ ਸਕਦੀ, ਕਿਉਂ ਵੋਟਿੰਗ ਤੋਂ ਪਹਿਲਾਂ ਨਹੀਂ ਹੋ ਸਕਦੀ, ਕਿਉਂ ਇਹ ਬੀਜੇਪੀ ਹਮੇਸ਼ਾ ਵੋਟਿੰਗ ਵਾਲੇ ਦਿਨ ਹੀ ਆ ਮੈਡੀਟੇਸ਼ਨ ਚੂਜ਼ ਕਰਦੇ ਹੋ? ਇਹ ਕਿਹੜੀ ਪਾਵਰ ਹੈ ਜਿਹੜੀ ਮੈਡੀਟੇਸ਼ਨ ਨੂੰ ਜਗਾ ਦਿੰਦੇ ਹੋ? ਜ਼ਿਆਦਾ ਹਾਈਲਾਈਟ ਨਹੀਂ ਕਰਤਾ? ਗੱਲ ਇਹ ਹੈ, ਹੁਣ ਜੇ ਤਾਂ ਕੇਪੀ ਜੀ ਅਸੀਂ ਚੁੱਪ ਕਰ ਜਾਾਂਗੇ, ਫਿਰ ਕੀ ਇਹ ਵਾਇਲੇਸ਼ਨ ਰੁਕ ਜੂਗੀ? ਕੀ ਅਸੀਂ ਬਤੌਰ ਆਪੋਜੀਸ਼ਨ ਹੁਣ ਬੋਲੀਏ ਵੀ ਨਾ?
ਕਿ ਅਸੀਂ ਬਤੌਰ ਆਪੋਜੀਸ਼ਨ ਆਪਦਾ ਵਿਰੋਧ ਵੀ ਨਾ ਦਰਜ ਕਰਾਈਏ ਤੇ ਮੈਂ ਤਾਂ ਇੰਨੀ ਗੱਲ ਹੀ ਪੁੱਛੂਗਾ ਜੇ ਸਾਡੇ ਚੁੱਪ ਰਹਿਣ ਨਾਲ ਇਹਦਾ ਹੱਲ ਹੋ ਜਾਂਦਾ ਹੈ ਮੋਦੀ ਸਾਹਿਬ ਨਹੀਂ ਵਾਇਲੇਸ਼ਨ ਕਰਨਗੇ ਤਾਂ ਅਸੀਂ ਚੁੱਪ ਕਰ ਜਾਂਦੇ ਜੇ ਨਹੀਂ ਹੋ ਸਕਦਾ ਤੇ ਸਾਨੂੰ ਵੀ ਹੈਵ ਟੂ ਅਪੋਜ਼ ਇਟ ਚਲੋ ਤੁਹਾਨੂੰ ਉਮੀਦ ਹੈ ਇਲੈਕਸ਼ਨ ਕਮਿਸ਼ਨ ਕੋਈ ਐਕਸ਼ਨ ਲਊਗਾ ਹੁਣ ਜਿੱਥੋਂ ਤੱਕ ਇਲੈਕਸ਼ਨ ਕਮਿਸ਼ਨ ਦੀ ਗੱਲ ਹੈ ਨਾ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਦੋਂ ਐਕਸ਼ਨ ਲਿਆ ਜਦੋਂ 17,000 ਲੋਕਾਂ ਨੇ ਸਾਈਨ ਕੀਤੀ ਸੀ ਕੰਪਲੇਂਟ ਮੋਦੀ ਸਾਹਿਬ ਦੇ ਰਿਮਾਰਕ ਨੂੰ ਲੈ ਕੇ ਘੁਸਪੈਠੀ ਵਾਲੇ ਨੂੰ ਉਦੋਂ ਪਹਿਲਾਂ ਵੀ ਤੁਸੀਂ ਦੇਖੋ ਕਿੰਨੀਆਂ ਕੰਪਲੇਂਟਸ ਹਜ਼ਾਰਾਂ ਲੋਕਾਂ ਨੇ ਪਾਈਆਂ ਹਜ਼ਾਰਾਂ ਕੰਪਲੇਂਟ ਕਿ ਇੱਕ ਦੇ ਵਿੱਚ ਵੀ ਕੀ ਕੋਈ ਐਕਸ਼ਨ ਹੋਇਆ ਤੇ ਸਾਡੀ ਇੰਨੀ ਬੇਨਤੀ ਹੈ ਬੀਜੇਪੀ ਨੂੰ ਤਕਲੀਫ ਕੀ ਸੀ ਜੇ ਸੀਜੇ ਸਾਹਿਬ ਸਿਲੈਕਸ਼ਨ ਕਮੇਟੀ ਦਾ ਹਿੱਸਾ ਬਣ ਜਾਂਦੇ ਐਜ਼ ਪਰ ਸੁਪਰੀਮ ਕੋਰਟ ਆਰਡਰ ਇਹ ਮੈਂਡੇਟ ਸੀਗਾ ਇਹਨਾਂ ਨੇ ਅੰਡਰਮਾਈਨ ਕਰਕੇ ਕਿਉਂ ਸੀਜੇ ਸਾਹਿਬ ਨਾਰਾ ਸਾਹਿਬ ਲਾਸਟ ਕਮੈਂਟ ਨਾਰਾ ਸਾਹਿਬ ਕਮੇਟੀ ਜੋ ਬਾਹਰ ਕੀਤਾ ਨਾਰਾ ਸਾਹਿਬ ਲਾਸਟ ਕਮੈਂਟ ਇਹ ਸਵਾਲ ਹੈ ਨਾਰਾ ਸਾਹਿਬ ਮੈਨੂੰ ਤਾਂ ਵਾਇਲੇਸ਼ਨ ਹੋਈ ਜਾਂ ਨਹੀਂ ਹੋਈ ਜਾ ਰਿਹਾ ਕੇਪੀ ਜੀ ਮੈਨੂੰ ਤਾਂ ਬੋਲਣ ਹੀ ਨਹੀਂ ਦਿੱਤਾ ਜਾ ਰਿਹਾ ਮੈਂ ਹੈਰਾਨ ਹਾਂ ਤੁਹਾਡੇ ਚੈਨਲ ਤੇ ਪਹਿਲੀ ਵਾਰੀ ਇਸ ਤਰ੍ਹਾਂ ਹੋ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਗੱਲ ਹੀ ਨਹੀਂ ਰੱਖਣ ਦਿੱਤੀ ਜਾ ਰਹੀ ਮੈਂ ਅੱਗੇ ਨਹੀਂ ਕਦੀ ਦੇਖਿਆ ਪਰ ਅੱਜ ਸੋਰੀ ਟੂ ਸੇ ਕਿ ਮਤਲਬ ਕਿ ਆਪਾਂ ਐਸਾ ਵੀ ਇੱਕ ਬੰਦੇ ਨੂੰ ਕੰਟਰੋਲ ਹੀ ਨਹੀਂ ਕਰ ਸਕਦੇ ਸਾਰੀ ਡਿਬੇਟ ਦਾ ਉਹਨੇ ਸਵਾਦ ਖਰਾਬ ਕਰਤਾ ਚਲੋ ਫਿਰ ਵੀ ਤੁਸੀਂ ਜਿੰਨਾ ਮੈਨੂੰ ਲਿਮਿਟਡ ਟਾਈਮ ਦਿੱਤਾ ਆਪਾਂ ਉਸ 'ਚ ਗੱਲ ਕਰਾਂਗੇ ਦੇਖੋ ਜਦੋਂ ਕਿਸੇ ਬੰਦੇ ਨੂੰ ਸੱਤਾ 'ਚ ਬੈਠੇ ਬੰਦੇ ਨੂੰ ਆਈਨਾ ਦਿਖਾਇਆ ਜਾਂਦਾ ਨਾ ਤਾਂ ਉਹਦਾ ਰਿਐਕਸ਼ਨ ਐਸਾ ਹੀ ਹੁੰਦਾ ਜਦੋਂ ਕੰਮ ਪੂਰੇ ਨਹੀਂ ਕਰ ਪਾਉਂਦਾ ਜਿਵੇਂ ਮਲਹੋਤਰਾ ਜੀ ਨੇ ਕੀਤਾ ਕਿਉਂਕਿ ਜਦੋਂ ਆਈਨਾ ਦਿਖਾਵਾਂਗੇ ਤਾਂ ਤਕਲੀਫ ਤਾਂ ਹੁੰਦੀ ਆ ਕਿ ਅਸੀਂ ਕੀਤਾ ਤਾਂ ਕੁਛ ਹੈ ਨਹੀਂ ਤੇ ਸਵਾਲ ਚੁੰਮੇ ਆ ਤੇ ਐਸਾ ਇਸਦੇ ਵਿੱਚ ਐਸੇ ਹੀ ਰਿਐਕਸ਼ਨ ਆਉਂਦੇ ਨੇ ਸਾਡੇ ਤੋਂ ਸਿਆਣੇ ਨੇ ਛੇਤੀ ਗੁੱਸਾ ਕਰ ਜਾਂਦੇ ਨੇ ਟੈਂਪਰ ਲੂਜ਼ ਕਰ ਜਾਂਦੇ ਨੇ ਪਰ ਮਜਬੂਰੀ ਹੈ ਨਾ ਵੀ ਜੋ ਨਹੀਂ ਕੀਤਾ ਉਹਦਾ ਜਵਾਬ ਦੇਣਾ ਪਊਗਾ ਅਸੀਂ ਤਾਂ ਇੱਕ ਸਿੰਪਲ ਸਵਾਲ ਪੁੱਛਿਆ ਸੀਗਾ ਕਿ ਤੁਸੀਂ ਆਪਣੇ ਸਵਾਲ ਤੇ ਜਵਾਬ ਦੇ ਦਿੰਦੇ ਵੀ ਆ ਦੂਜਿਆਂ ਦੇ ਉਹੋ ਜਿਹੇ ਕੰਮ ਕਿਉਂ ਗਿਣਨ ਲੱਗ ਜਾਂਦੇ ਹੋ ਤੁਸੀਂ ਤਾਂ ਆਪਣੇ ਆਪ ਨੂੰ ਸਭ ਤੋਂ ਵੱਖਰਾ ਕਹਿ ਕੇ ਆਏ ਨਾਰਾ ਸਾਹਿਬ ਇੱਕ ਚੀਜ਼ ਦੱਸੋ ਸਰ ਕੈਮਰਿਆਂ ਅੱਗੇ ਧਿਆਨ ਇੱਕ ਮਿੰਟ ਨਾਰਾ ਸਾਹਿਬ ਤੁਸੀਂ ਗੱਲ ਕਰਦੇ ਪਏ ਨਾਰਾ ਸਾਹਿਬ ਤੁਸੀਂ ਵਾਰ ਵਾਰ ਇਹ ਗੱਲ ਕਹਿੰਦੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਮੈਨੂੰ ਬੋਲਣ ਦਾ ਮੌਕਾ ਦਿੱਤਾ ਸਰ ਤੁਸੀਂ ਸਰ ਤੁਸੀਂ ਪੂਰੇ ਡਿਬੇਟ ਦੀ ਰਿਕਾਰਡਿੰਗ ਕੱਢ ਕੇ ਦੇਖ ਲਿਓ ਸਰ ਰਿਕਾਰਡਿੰਗ ਕੱਢ ਕੇ ਦੇਖ ਲਿਓ ਮਲਹੋਤਰਾ ਜੀ ਨੂੰ ਟਾਈਮ ਦੇ ਰਹੇ ਹੋ ਚਲੋ ਨਾਰਾ ਸਾਹਿਬ ਆਪਾਂ ਧਿਆਨ ਦੇਵਾਂਗੇ ਨਾਰਾ ਸਾਹਿਬ ਧਿਆਨ ਦੇਵਾਂਗੇ ਇਸ ਗੱਲ ਤੇ ਮਲਹੋਤਰਾ ਸਾਹਿਬ ਵੀ ਧਿਆਨ ਦੇਣਗੇ ਮਲਹੋਤਰਾ ਸਾਹਿਬ ਵੀ ਧਿਆਨ ਦੇਣਗੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਕੂਲ ਰਹਿਣਾ ਚਾਹੀਦਾ ਹੈ ਕੂਲ ਰਹਿਣਾ ਚਾਹੀਦਾ ਮੈਂ ਵੀ ਅੱਜ ਕੂਲ ਰਹਿਣਾ ਚਾਹੁੰਦਾ ਨਾਰਾ ਸਾਹਿਬ ਮੈਂ ਵੀ ਅੱਜ ਕੂਲ ਰਹਿਣਾ ਚਾਹੁੰਦਾ ਮਲਹੋਤਰਾ ਜੀ ਨੂੰ ਮਿਊਟ ਨਹੀਂ ਕਰ ਸਕੇ ਮਤਲਬ ਆਪਾਂ ਤਾਂ ਤੁਹਾਡੇ ਕਰਕੇ ਤੁਸੀਂ ਮਲਹੋਤਰਾ ਸਾਹਿਬ ਨੂੰ ਫੋਕਸ ਕਿਉਂ ਕਰਦੇ ਪਏ ਨਾ ਤੁਸੀਂ ਪ੍ਰਾਈਮ ਮਿਨਿਸਟਰ ਦੀ ਗੱਲ ਹੋਣੀ ਤੁਸੀਂ ਕੇਜਰੀਵਾਲ ਨੂੰ ਨਾਲ ਪ੍ਰਮੋਟ ਕਰੀ ਜਾਂਦੇ ਹੋ ਮੈਂ ਆਪਣੀ ਜਵਾਬ ਮੈਂ ਤੁਹਾਡੇ ਮੁਤਾਬਕ ਜਵਾਬ ਨਹੀਂ ਦੇਣਾ ਜੋ ਮੇਰੀ ਗੱਲ ਮੈਨੂੰ ਸਮਝ ਆਉਂਦੀ ਮੈਂ ਤੇ ਫਿਰ ਮੈਂ ਤੁਹਾਡੇ ਮੁਤਾਬਕ ਮਲਹੋਤਰਾ ਸਾਹਿਬ ਨੂੰ ਰੋਕਣਾ ਨਹੀਂ ਸਰ ਮੈਨੂੰ ਪਤਾ ਉਹ ਗਲਤ ਬੋਲਦੇ ਪਏ ਮੈਂ ਉੱਥੇ ਰੋਕਿਆ ਉਹਨਾਂ ਨੂੰ ਨਾਰਾ ਸਾਹਿਬ ਮੈਂ ਤੁਹਾਡੇ ਮੁਤਾਬਕ ਥੋੜੀ ਰੋਕੂਗਾ ਸਰ ਕਿਸੇ ਨੂੰ ਉਹ ਤੂੰ ਤੂੰ ਕਰਕੇ ਬੋਲਦਾ ਐਡਾ ਸਿਆਣਾ ਬੰਦਾ ਤੁਸੀਂ ਉਹ ਗਲਤ ਹੈ ਸ਼ਬਦ ਮੈਂ ਨਿੰਦਾ ਕਰਦਾ ਸਰ ਉਹਨਾਂ ਦੀ ਜੋ ਪ੍ਰਧਾਨ ਮੰਤਰੀ ਨੇ ਨਿੱਜੀ ਸ਼ਬਦ ਵਰਤੇ ਮੈਂ ਉਹਦੀ ਵੀ ਨਿੰਦਾ ਕਰਦਾ ਸਰ ਮੈਂ ਰੋਕਿਆ ਸਰ ਨਾਰਾ ਸਾਹਿਬ ਬੈਠ ਕੇ ਤੁਸੀਂ ਕੀ ਕਹਿ ਲਿਆ ਉਹਨਾਂ ਨੂੰ ਪਰ ਐਸੇ ਬਿਸ਼ਰਮ ਆਦਮੀ ਨੂੰ ਤੁਸੀਂ ਚੈਨਲ ਤੇ ਹਰ ਵਾਰੀ ਬੁਲਾ ਲੈਣਾ ਜਿਹਨੂੰ ਬੋਲਣ ਦਾ ਨਹੀਂ ਪਤਾ ਸਰ ਮੈਂ ਨਹੀਂ ਬੁਲਾ ਰਿਹਾ ਸਰ ਪਾਰਟੀ ਭੇਜਦੀ ਉਹਨਾਂ ਨਾਰਾ ਸਾਹਿਬ ਮੇਰਾ ਕੋਈ ਇੰਡੀਵਿਜੁਅਲ ਇੱਥੇ ਬੁਲਾਇਆ ਹੋਇਆ ਕੈਂਡੀਡੇਟ ਨਹੀਂ ਹੈਗਾ ਮੇਰਾ ਕੋਈ ਇੰਡੀਵਿਜੁਅਲ ਸਪੋਕਸਪਰਸਨ ਨਹੀਂ ਹੈਗਾ ਨਾਰਾ ਸਾਹਿਬ ਇਹ ਤੁਹਾਨੂੰ ਵੀ ਪਤਾ ਪਾਰਟੀ ਦੀ ਪ੍ਰਥਾ ਕੀ ਹੁੰਦੀ ਹੈ ਕਿਹੜੀ ਪਾਰਟੀ ਨੇ ਕਿਹੜਾ ਬੁਲਾਰਾ ਭੇਜਣਾ ਹੁੰਦਾ ਨਾਰਾ ਸਾਹਿਬ ਆਪਾਂ ਬਿਨਾ ਫੈਕਟਸ ਤੋਂ ਗੱਲ ਕਰੀ ਜਾਵਾਂਗੇ ਸਰ ਮੈਂ ਬੁਲਾ ਰਿਹਾ ਸਰ ਨਾਰਾ ਸਾਹਿਬ ਮੈਂ ਬੁਲਾ ਰਿਹਾ ਬਹੁਤ ਧੰਨਵਾਦ ਧਿਆਨ ਦਿਓ ਡਿਬੇਟ ਕਿਹੋ ਜਿਹੀ ਕਰਦੇ ਬਹੁਤ ਧੰਨਵਾਦ।